ਸ਼ਾਮਾਂਦਾਨ ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਾਮਾਂਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਮੈਂ ਸੌਰਨ ਸਿੰਘ ਦਾਨਿਆਰੀਆ ਇਸ ਵਕਤ ਤੁਹਾਡੇ ਨਾਲ ਬਠਿੰਡਾ ਸਟੂਡੀਓ ਤੋਂ ਸਾਹਮਣੇ ਪਾ ਰਹੇ ਹਾਂ ਸੋ ਫਿਰ ਤੋਂ ਦੱਸ ਦਈਏ ਕਿ ਅੱਜ ਦਿਨ ਹੈ ਜੀ ਮੰਗਲਵਾਰ ਤੇ ਤਰੀਕ ਹੈ 11 ਜੁਲਾਈ ਜਿਹੜੇ ਵੀ ਸਾਡੇ ਨਾਲ ਇਸ ਵਕਤ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਜੁੜੇ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਇਸ ਗੱਲਬਾਤ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਅੱਗੇ ਪ੍ਰਮੋਟ ਵੀ ਜਰੂਰ ਕਰਿਆ ਕਰੋ ਫਰਜ਼ਨੋ ਤੇ ਮਂਡੇਰਾ ਦੇ ਆਂ ਦਰਮਿਆਨ ਟੀਏ ਦਾ ਰੀਫਰੈਸ਼ ਟ੍ਰੈਵਲ ਪਲਾਜ਼ਾ ਜਿਹੜਾ ਹੈ 25 ਕਿੱਲੇ ਆਂ ਦੇ ਵਿੱਚ ਖੁੱਲ ਚੁੱਕਾ ਹੈ ਜਿੱਥੇ ਬਹੁਤ ਖੁੱਲੀ ਪਾਰਕਿੰਗ ਹੈ ਟਰੱਕਰ ਵੀਰਾਂ ਦੇ ਲਈ ਫੂਡ ਕੋਰਟ ਹੈ ਫਿਊਲ ਕਾਰਡ ਨਾਲ ਹੁਣ ਤੇ ਵੀ ਟਰੱਕਰਸ ਨੂੰ 39 ਸੈਂਟ ਦੀ ਡਿਬੇਟ ਦਿੱਤੀ ਜਾਂਦੀ ਹੈ ਜੀ ਪੰਜਾਬੀ ਢਾਬੇ ਦੇ ਉੱਤੇ ਪੰਜਾਬੀ ਖਾਣਾ ਖਾ ਸਕਦੇ ਹੋ ਘਰ ਵਰਗਾ ਲੋਕੇਸ਼ਨ ਹਾਈਵੇ 99 ਐਗਜ਼ਿਟ 144 ਐਵੇਨਿਊ 7 ਤੇ ਹੈ ਫੋਨ ਨੰਬਰ ਹੈ ਜੀ 5599034627 ਤੇ ਕਾਲ ਕਰ ਸਕਦੇ ਹਰ ਤਰ੍ਹਾਂ ਦੇ ਅਕਾਊਂਟਸ ਬੁੱਕ ਕੀਪਿੰਗ ਦੇ ਲਈ ਹਮੇਸ਼ਾ ਕੈਂਟ ਵਿਸ਼ੰਕਨ ਦੇ ਵਿੱਚ ਯਾਦ ਰੱਖੋ ਭਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਨੂੰ 253520886 ਤੇ ਕਾਲ ਕਰ ਸਕਦੇ ਹੋ ਵਿਸ਼ੰਕਨ ਫਰੇਟ ਸਰਵਿਸ ਸ਼ੈਟਲਾ ਉਹਨਰ ਆਪਰੇਟਰ ਤੇ ਡਰਾਈਵਰ हायर ਕਰ ਰਹੀ ਹੈ ਚੰਗਾ ਬੋਨਸ ਵੀ ਦਿੰਦੇ ਨੇ ਤੇ ਰਵੀ ਗਰੇਵਾਲ ਜਾਂ ਸਚਨ ਮਲਕ ਨੂੰ ਤੁਸੀਂ 559 ਸੌਰੀ ਅ ਫੋਨ ਨੰਬਰ ਹੈ 25352086 ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਮੇਰੇ ਨਾਲ ਨੇ ਸਰਦਾਰ ਬਖਤੌਰ ਸਿੰਘ ਢਿਲੋਰੀ ਢਿਲੋਂ ਸਭ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਦਾ ਨੀ ਅਕਾਲ ਢਿਲੋ ਸਾਬ ਸਭ ਤੋਂ ਪਹਿਲਾਂ ਗੱਲ ਕਰੀਏ ਸਿਆਸਤ ਦੀ ਵੀ ਸਿਆਸਤ ਕਿੱਡੀ ਚੰਦਰੀ ਚੀਜ਼ ਐ ਕਹਿੰਦੇ ਇਹਦੇ ਵਿੱਚ ਕੋਈ ਕਿਸੇ ਦਾ ਸਕਾ ਨਹੀਂ ਕੋਈ ਹੋਰ ਨਹੀਂ ਪਰ ਕਹਿੰਦੇ ਦਾ ਲੱਗਣਾ ਚਾਹੀਦਾ ਜਿਵੇਂ ਹੁਣ ਤੁਹਾਨੂੰ ਪਤਾ ਵੀ ਆਪਣੇ ਪੰਜਾਬ ਦੇ ਵਿੱਚ ਲੈ ਲੋ ਹੜਾਂ ਕਰਕੇ ਕੋਈ ਕੇਲੇ ਖੁਆਈ ਜਾਂਦਾ ਕੋਈ ਦੋ ਕੇਲੇ ਚੱਕ ਕੇ ਤਸਵੀਰਾਂ ਖਿਚਾ ਲੈਂਦਾ ਤੇ ਇਸੇ ਤਰ੍ਹਾਂ ਹੀ ਤੁਸੀਂ ਦੇਖਿਆ ਹੋਣਾ ਕੋਈ ਮਰੀਜ਼ ਹੋਵੇ ਉਹਨੂੰ ਚਾਰਕ ਬੰਦੇ ਜਾ ਕੇ ਉਹਦੇ ਆਉਂਦੇ ਆ ਕੇਲੇ ਫਲ ਫਰੂਟ ਉਹਦੀਆਂ ਫੋਟੋਆਂ ਖਿਚਾ ਲੈਂਦੇ ਆ ਇੱਕ ਸਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਵੀਡੀਓ ਬਣਾਈ ਫੋਟੋ ਖਚਾਈ ਉਹ ਕਹਿੰਦੇ ਗੱਲ ਹੋਰ ਹੀ ਕੁਝ ਨਿਕਲਿਆ ਹੀ ਕਹਿੰਦੇ ਸਾਡੇ ਮੁੱਖ ਮੰਤਰੀ ਨਹੀਂ ਸਾਡੇ ਦੇਸ਼ ਦੇ ਵਿੱਚ ਦੇਸ਼ ਦੇ ਵਿੱਚ ਇੱਕ ਮੁੱਖ ਮੰਤਰੀ ਭਾਪਗਵੰਤ ਮਾਨ ਨਹੀਂ ਇਹ ਸ਼ਿਵਰਾਜ ਸ਼ਿਵਰਾਜ ਚੋਹਾਨੂਰੀ ਹੈ ਪੰਜਾਬ ਦਾ ਮੁੱਖ ਮੰਤਰੀ ਨਹੀਂ ਇਹ ਹੈਗਾ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਜੀ ਹਾਸੀ ਵੀ ਆਉਂਦੀ ਹੈ ਰੋਣਾ ਵੀ ਆਉਂਦਾ ਹੈ ਹੂੰ ਹੂੰ ਤੇ ਉਦਾਸੀ ਵੀ ਆਉਂਦੀ ਹੈ ਕਿ ਸਾਡੀ ਜਨਤਾ ਕਿੰਨੀ ਭੋੜੀ ਪਾਲੀ ਅਤੇ ਗੱਲ ਕਿੱਥੇ ਦੀ ਕਿੱਥੇ ਜਾਂਦੀ ਹੈ ਜੀ ਦਾ ਨੇੜਿਆ ਸਾਹਿਬ ਅੱਜ ਕੱਲ ਤੁਹਾਨੂੰ ਪਤਾ ਵੀ ਚੋਣਾਂ ਦਾ ਦੌਰ ਹੈ ਹੂੰ ਹੂੰ ਦੇਸ਼ ਦੇ ਕਿਸੇ ਨਾ ਕਿਸੇ ਹਿੱਸੇ ਦੇ ਵਿੱਚ ਚੋਣਾਂ ਹੁੰਦੀਆਂ ਹੀ ਰਹਦੀਆਂ ਬਿਲਕੁਲ ਬਿਲਕੁਲ 2024 ਦੇ ਵਿੱਚ ਹੋਣੀਆਂ ਜਨਰਲ ਚੋਣਾਂ ਲੋਕ ਸਭਾ ਦੀਆਂ ਹੂੰ ਹੂੰ ਤੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇੱਕ ਜਿਹੜੀ ਹੈਗੀ ਹੈ ਜਿਹਨੂੰ ਆਪਾਂ ਕਹਾਂਗੇ ਟ੍ਰਾਇਲ ਹੀਟਸ ਕਹਿੰਦੇ ਹੁੰਦੇ ਜਿਵੇਂ ਆਪਾਂ ਐਥਲੈਟਿਕਸ ਤੋਂ ਪਹਿਲਾਂ ਹੀਟਸ ਹੁੰਦੀਆਂ ਜਿਵੇਂ ਹਾਂ ਉਹ ਉਹ ਉਸ ਹਿਸਾਬ ਦੇ ਨਾਲ ਮਤਲਬ ਹੋ ਰਹੀਆਂ ਹੂੰ ਹੂੰ ਤਿੰਨ ਸੂਬਿਆਂ ਦੇ ਵਿੱਚ ਹੁਣ ਚੋਣਾਂ ਸਾਹਮਣੇ ਆ ਰਹੀਆਂ ਜੀ ਇੱਕ ਕਮਧਿਆ ਪ੍ਰਦੇਸ਼ ਹੂੰ ਹੂੰ ਸਤਿਸ਼ਗੜ੍ਹ ਤੇ ਰਾਜਸਥਾਨ ਜੀ ਸਤਿਸ਼ਗੜ੍ਹ ਤੇ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਬਿਲਕੁਲ ਭਾਰਤੀ ਜਨਤਾ ਪਾਰਟੀ ਨੂੰ ਇਹ ਉਮੀਦ ਹੈ ਵੀ ਉੱਥੇ ਐਂਟੀ ਇਨਕੰਮਬੈਂਸੀ ਦਾ ਜਾਦੂ ਚੱਲੂਗਾ ਹੂੰ ਹੂੰ ਤੇ ਉਹਨਾਂ ਦਾ ਦਾਅ ਲੱਗ ਸਕਦਾ ਹੈ ਜੀ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਵੀ ਥੋੜਾ ਜਿਹਾ ਜਿਹੜਾ ਹੈਗਾ ਆਪਣਾ ਐਤਕੀ ਹੂੰ ਹੂੰ ਪੰਜਾਬ ਵਾਲਾ ਤਜਰਬਾ ਜਿਹੜਾ ਕੌੜਾ ਤਜਰਬਾ ਹੈ ਉਹਦੇ ਤੋਂ ਕੁਝ ਸਬਕ ਸਿੱਖਿਆ ਹੂੰ ਹੂੰ ਤੇ ਉਸ ਸਬਕ ਦਾ ਹੀ ਨਤੀਜਾ ਕਿ ਕਾਂਗਰਸ ਪਾਰਟੀ ਨੇ ਚੰਗੀ ਜਿੱਤ ਹਾਸਲ ਕੀਤੀ ਹੈ ਕਰਨਾਟਕਾ ਚ ਜੀ ਜੇ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੇ ਰੁੱਸੇ ਹੋਏ ਲੀਡਰ ਆ ਉਹਨਾਂ ਦਾ ਬੈਠ ਉਠਾਵਾ ਕਰਾ ਦਿੰਦੀ ਤੇ ਮੇਰਾ ਖਿਆਲ ਹੈ ਵੀ ਨੌਬਤ ਆਉਣੀ ਨਹੀਂ ਸੀ ਵੀ ਨਾ ਜੀ ਚੰਨੀ ਨੇ ਮੁੱਖ ਮੰਤਰੀ ਬਣਨਾ ਸੀ ਬਿਲਕੁਲ ਤੇ ਨਾ ਹੀ ਇਹ ਸੁਨੀਲ ਕੁਮਾਰ ਜਾਖੜ ਨੇ ਬੀਜੇਪੀ ਚ ਜਾਣਾ ਸੀ ਠੀਕ ਹੈ ਉੱਥੇ ਕੈਪਟਨ ਅਮਰਿੰਦਰ ਸਿੰਘ ਜੇ ਥੋੜੇ ਜੇ ਪਰ ਕੁੱਤਰ ਦਿੰਦੇ ਹਮ ਬਈ ਇਹਨਾਂ ਦੀ ਆ ਭਾਈ ਦੂਜਿਆਂ ਦੀ ਵੀ ਸਰਟੀਫਿਕੇਸ਼ਨ ਕਰਾਉਣੇ ਨਾਲ ਦੋ ਤਿੰਨ ਚਾਰ ਲਾ ਦਿੰਦੇ ਭਾਵੇਂ ਡਿਪਟੀ ਮੁੱਖ ਮੰਤਰੀ ਨਾ ਦਿੰਦੇ ਗੱਲ ਚੜਾ ਲੈਂਦੇ ਹਮ ਹਮ ਪਰ ਉਹ ਨਹੀਂ ਕੀਤੀ ਨਤੀਜੇ ਇਹ ਹੋਇਆ ਵੀ ਜਿਹੜੀ ਕਾਂਗਰਸ ਪਾਰਟੀ ਇਹ ਸੋਚਦੀ ਸੀ ਅਸੀਂ ਸਰਕਾਰ ਬਣਾਵਾਂਗੇ ਹਮ ਹਮ ਤੇ ਸੀਟਾਂ 18 ਤੇ ਆ ਕੇ ਉਹ اٹਕ ਗਈ ਜੀ ਇਥੋਂ ਇਥੋਂ ਬਾਅਦ ਕਾਂਗਰਸ ਦਾ ਕੀ ਹੋਣਾ ਇਹ ਐਲ ਆ ਹੀ ਜਾਣੇ ਹਮ ਹਮ ਅਗਲੀ ਗੱਲ ਤੁਸੀਂ ਜਿਹੜੀ ਆਪਾਂ ਦੇਖੀਏ ਕਰਨਾਟਕਾ ਦੀ ਹੈ ਜੀ ਕਰਨਾਟਕਾ ਦੇ ਵਿੱਚ ਦੋ ਵੱਡੇ ਲੀਡਰ ਸੀ ਹਮ ਹਮ ਸਿਧਾਰਮਈਆ ਜੀ ਤੇ ਤੁਹਾਡਾ ਡੀਕੇ ਸ਼ਿਵ ਕੁਮਾਰ ਜੀ ਡੀਕੇ ਸ਼ਿਵ ਕੁਮਾਰ ਨੇ ਕੰਮ ਬਹੁਤ ਜ਼ਿਆਦਾ ਕੀਤਾ ਹੈ ਹਮ ਹਮ ਕਾਂਗਰਸ ਪਾਰਟੀ ਨੂੰ ਖੜਾ ਕੀਤਾ ਹੈ ਜੀ ਲੇਕਿਨ ਲੋਕਾਂ ਦੇ ਵਿੱਚ ਨਾਂ ਜਿਹੜਾ ਹੈਗਾ ਉਹ ਸਿਧਾਰ ਰੰਮਈਆ ਦਾ ਸੀ ਜੀ ਸੋ ਇਲੈਕਸ਼ਨ ਜਿਹੜੀ ਹੈਗੀ ਇਹ ਦੋਨਾਂ ਦੇ ਨਾਂ ਤੇ ਲੜੀ ਹਮ ਹਮ ਮੁੱਖ ਮੰਤਰੀ ਦਾ ਕੈਂਡੀਡੇਟ ਅਲਾਨਿਆ ਕੋਈ ਨਹੀਂ ਜੀ ਤੇ ਬਾਅਦ ਦੇ ਵਿੱਚ ਜਦੋਂ ਮੁੱਖ ਮੰਤਰੀ ਐਲਾਨਣਾ ਸੀ ਤੇ ਉਸ ਵੇਲੇ ਸਮਝੌਤਾ ਕਰਵਾਤਾ ਕਿ ਬਜ਼ੁਰਗ ਬੰਦੇ ਨੂੰ ਪਹਿਲਾ ਮੌਕਾ ਦੇ ਦੇ ਤੇ ਤੈਨੂੰ ਫਿਰ ਬਾਅਦ ਚ ਲੈ ਦੇ ਆ ਅੱਜ ਅੱਜ ਦੇ ਦਿਆਂਗੇ ਤੂੰ ਡਿਪਟੀ ਮੁੱਖ ਮੰਤਰੀ ਬਣ ਜਾ ਵਗੈਰਾ ਵਗੈਰਾ ਉਹਦੇ ਸਿਰੇ ਨਹੀਂ ਮੁੜ ਕੇ ਉਹ ਕਹਿੰਦਾ ਜੀ ਚਲੋ ਉਹ ਜਾਣੇ ਆਪਾਂ ਆਪ ਦਾ ਮਨ ਸਮਝਾ ਲੈਨੇ ਉਹਨੇ ਸਮਝਾ ਲਿਆ ਹਮ ਰਾਜਸਥਾਨ ਦੇ ਵਿੱਚ ਇਹਨਾਂ ਨੂੰ ਇਹ ਸੀਗਾ ਵੀ ਅਸ਼ੋਕ ਗਹਿਲੋਤ ਤਾਂ ਮੁੱਖ ਮੰਤਰੀ ਹੈ ਹਮ ਉਹਦੇ ਖਿਲਾਫ ਬਗਾਵਤ ਦਾ ਝੰਡਾ ਕੀਤਾ ਸਚਨ ਪਾਲੇਟ ਨੇ ਖੜਾ ਹਮ ਤੇ ਸਚਨ ਪਾਲੇਟ ਜਿਹੜਾ ਹੈਗਾ ਉਹ ਆਪਣੇ ਲਈ ਲਾਹੇਵੰਦ ਸਾਬਤ ਹੋਊਗਾ ਤੇ ਮੇਰਾ ਖਿਆਲ ਹੈ ਵੀ ਹੁਣ ਸਚਨ ਪੈਲੇਟ ਨੂੰ ਵੀ ਕੋਈ ਪੁੜੀ ਦੇਤੀ ਅੱਛਾ ਜੀ ਕਿਉਂਕਿ ਦਿੱਲੀ ਦੇ ਵਿੱਚ ਇੱਕ ਮੀਟਿੰਗ ਹੋਈ ਦਾਨੇ ਵਾਲੀ ਆ ਜੀ ਹੂੰ ਹੂੰ ਆਪਾਂ ਇਹ ਕਿਉਂਕਿ ਛੁੱਟੀਆਂ ਆ ਗਈਆਂ ਸੀ ਖਬਰ ਕਵਰ ਨਹੀਂ ਕਰ ਸਕੇ ਸੀ ਜੀ ਜਿਹੜੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਉਹ ਮੀਟਿੰਗ ਦੇ ਵਿੱਚ ਕਹਿੰਦੇ ਕਾਫੀ ਸਾਰੇ ਜਿਹੜੇ ਹੈਗੇ ਆ Rajasthan ਦੇ ਲੀਡਰਾਂ ਨੂੰ ਇਨਵੋਲਵ ਕੀਤਾ ਗਿਆ ਸੀ ਜੀ ਮਲਕਾਰ ਜਨ ਖੜਗੇ ਪ੍ਰਧਾਨ ਵੀ ਸੀ ਆ ਰਾਹੁਲ ਗਾਂਧੀ ਵੀ ਵਿੱਚ ਸੀ ਔਰ Rajasthan ਦਾ ਇਨਚਾਰਜ ਜਿਹੜਾ ਸੁਖੀ ਰੰਦਾਵਾ ਸੁਖਜਿੰਦਰ ਸਿੰਘ ਉਹ ਵੀ ਸੀ ਸਚਨ ਪੈਲੇਟ ਵੀ ਸੀਗਾ ਜੀ ਜੀ لیکن ਉਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਅਸ਼ੋਕ ਗਹਿਲੋਤ ਨਹੀਂ ਆਇਆ ਨਹੀਂ ਆਇਆ ਅਸ਼ੋਕ ਗਹਿਲੋਤ ਨੇ ਵੀਡੀਓ ਕਾਨਫਰੈਂਸਿੰਗ ਦੇ ذریعے ਆਪਣੀ ਹਾਜ਼ਰੀ ਲਵਾਈ ਜੀ ਕਾਰਨ ਕਹਿੰਦੇ ਆ ਵੀ ਉਹਦੇ ਇੱਕ ਪੈਰ ਤੇ ਸੱਟ ਵੱਜ ਗਈ ਸੀ ਮੇਰੇ ਖਿਆਲ ਸاسي ਬੰਦੇ ਦੀ ਜਿੰਨੀ ਮਰਜ਼ੀ ਹੈ ਸੱਟ ਵੱਜੇ ਉਹ ਛੱਡਦਾ ਨਹੀਂ ਕੋਈ ਕਦੇ ਛੱਡਦਾ ਨਹੀਂ ਹੁੰਦਾ ਮੇਰਾ ਖਿਆਲ ਵੀ ਉਹਨੇ ਕਿਹਾ ਨਾ ਨਵੇਂ ਡੋ ਯਾਰ ਜਿਵੇਂ ਮੈਨੂੰ ਵੇੜਦੇ ਹੂੰ ਹੂੰ ਉੱਥੇ ਉਹਨਾਂ ਨੇ ਕੋਈ ਮਤਲਬ ਇਸ ਕਿਸਮ ਦੀ ਨੂੰ ਪੁੜੀ ਸੁੰਗਾਤੀ ਬਈ ਆਲਾ ਭਾਈ ਸ਼ਾਇਦ ਤੂੰ ਅਗਲੀ ਵਾਰੀ ਮੁੱਖ ਮੰਤਰੀ ਤੇ ਬਣੇਗਾ ਹੂੰ ਤੇ ਬਾਹਰ ਜਦੋਂ ਨਿਕਲਿਆ ਨੇ ਤੇ ਉਹ ਹੱਸਦਾ ਹੀ ਆਉਂਦਾ ਸੀ ਕਹਿੰਦਾ ਮੇਰੇ ਕੰਮ ਜੈਪੁਰਾ ਕਿਉਂ ਨੇ ਐਲਾਨ ਵੀ ਕਰਤਾ ਕਿ ਮਤਪਿਰ ਖਤਮ ਹੂੰ ਹੂੰ ਆ ਪਤਾ ਜੀ ਅਸ਼ੋਕ ਹਲੋ ਉਹਦੇ ਨਾਲ ਮਿਲ ਕੇ ਚੋਣਾਂਗੇ ਤੇ ਸਰਕਾਰ ਬਣਾਵਾਂਗੇ ਹੂੰ ਹੂੰ ਰਿਪੀਟ ਕਰਾਂਗੇ ਇਹ ਗੱਲ ਕਹੇਤੀ ਮੱਧਿਆ ਪ੍ਰਦੇਸ਼ ਰਹਿ ਗਿਆ ਸੀ ਕਲਾ ਜੀ ਮੱਧਿਆ ਪ੍ਰਦੇਸ਼ ਦੇ ਵਿੱਚ ਐਨਟੀ ਇਨਕਮ ਵਿੱਚ ਸੀ ਬੀਜੇਪੀ ਦੇ ਖਿਲਾਫ ਹੈ ਹੂੰ ਹੂੰ ਹੁਣ ਉਸ ਐਨਟੀ ਐਨਕੰਵੈਂਸਿਨ ਨੂੰ ਦੂਰ ਕਿਵੇਂ ਕਰਨਾ ਹੈ ਜੀ ਇਹਦੇ ਵਾਸਤੇ ਉਹ ਕਈ ਵਾਰੀ ਕਹਿੰਦੇ ਹੁੰਦੇ ਆ ਨਾ ਵੀ ਚੂਹੇ ਨੂੰ ਥਿਆ ਗਈ ਸੀ ਹਲਦੀ ਦੀ ਗੰਢੀ ਤੇ ਪੂਸਾਰੀ ਬਣ ਗਿਆ ਸੀ ਇੱਕ ਨਾ ਵੀਡੀਓ ਵਾਇਰਲ ਹੋ ਗਈ ਹੂੰ ਹੂੰ ਉਹ ਵੀਡੀਓ ਵਾਇਰਲ ਹੋ ਗਈ ਉਹ ਵੀਡੀਓ ਵਾਇਰਲ ਹੋਈ ਕੀ ਜੀ ਕਿ ਇੱਕ ਆਦਿਵਾਸੀ ਜੀ ਨੂੰ ਆਪਾਂ ਟ੍ਰੈਵਲ ਕਹਿ ਦੇ ਨੇ ਵਿਚਾਰਾ ਮਤਲਬ ਥੱਲੇ ਬੈਠਾ ਸੀ ਹੂੰ ਹੂੰ ਅ ਪੱਲੇਦਾਰੀ ਦਾ ਕੰਮ ਕਰਦਾ ਸੀ ਵਿਚਾਰਾ ਪੱਲੇਦਾਰੀ ਦਾ ਕੰਮ ਕਰਦਾ ਸੀਗਾ ਹਾਂ ਹੂੰ ਹੂੰ ਤੇ ਉੱਥੇ ਕੀ ਹੋਇਆ ਕਿ ਭਾਜਪਾ ਦਾ ਇੱਕ ਐਮਐਲਏ ਹੈ ਹੂੰ ਉਹਦਾ ਜਿਹੜਾ ਅਧਿਕਾਰਤ ਰਿਪ੍ਰੈਜ਼ੈਂਟੇਟਿਵ ਹੈ ਉਹ ਲਾਇਆ ਆਪਾਂ ਹਲਕ ਇਨਚਾਰਜ ਕਹਿ ਦਿੰਦੇ ਆ ਇਨਚਾਰਜਾਂ ਦੇ ਇਨਚਾਰਜ ਹੁੰਦੇ ਹੈਗਾ ਹੂੰ ਹੂੰ ਉਹ ਸੀਟ ਤੇ ਉਹਦੀ ਕਿਤੇ ਦਾਰੂ ਦੂਰ ਪੀਤੀ ਹੋਣੀ ਹੈ ਉਹ ਤੁਹਾਨੂੰ ਪਤਾ ਵੀ ਅੱਜ ਕੱਲ ਬੰਦੇ ਨਾ ਜਿਹੜੇ ਹੈਗੇ ਆ ਇਕ ਤਾਂ ਹੁੰਦੇ ਮਧੋਸ਼ ਸਿਆਸਤ ਪਾਵਰ ਦੇ ਨਸ਼ੇ ਚ ਮਧੋਸ਼ ਹੋ ਜਾਂਦੇ ਤੇ ਉਹ ਮਤਲਬ ਅਰਧ ਬੇਹੋਸ਼ ਹੋ ਜਾਂਦੇ ਅਰਧ ਬੇਹੋਸ਼ ਹੋ ਜਾਂਦੇ ਉਹ ਇੱਕ ਇੱਕ ਆਪਣਾ ਕੋਈ ਬੰਦਾ ਹੁੰਦਾ ਸੀ ਉਹਨੇ ਉਹ ਜਿਹੜੀ ਕੀ ਹੁੰਦੀ ਐ ਇਕਨੋਮੀ ਕਲਾਸ ਦੇ ਵਿੱਚ ਇੱਕ ਬੀਬੀ ਤੇ ਮੂਤ ਕਰਦਾ ਸੀ ਹਾਂ ਨਹੀਂ ਬਿਜ਼ਨਸ ਕਲਾਸ 'ਚ ਹੀ ਕਰਦਾ ਸੀ ਆ ਬਿਜ਼ਨਸ ਬਿਜ਼ਨਸ ਕਲਾਸ ਉਹਦੇ ਦੀ ਬੀਬੀ ਤੇ ਮੂਤ ਕਰਦਾ ਸੀ ਉਹਦਾ ਰੌਲਾ ਪਿਆ ਤੇ ਉਹਨੂੰ ਕਾਫੀ ਫਿਰ ਕਮਿਆਜਾ ਭੁਗਤਣਾ ਪਿਆ ਕਮਿਆਜਾ ਭੁਗਤਣਾ ਪਿਆ ਹਾਂ ਐਵੇਂ ਜਿਵੇਂ ਉਹ ਜਿਹੜਾ ਪ੍ਰਵੇਸ਼ ਸ਼ੁਕਲਾ ਸੀ ਤੇ ਪ੍ਰਵੇਸ਼ ਸ਼ੁਕਲੇ ਨੇ ਉਹਦੇ ਸਿਰ 'ਚ ਪਿਸ਼ਾਬ ਕਰਤਾ ਹੂੰ ਹੂੰ ਉਹ ਵੀਡੀਓ ਕਦੋਂ ਦੀ ਹੈ ਜੀ ਲੋਕ ਤਾਂ ਕਹਿੰਦੇ ਜੀ ਵੀਡੀਓ ਤਾਜੀ ਹੈ ਹਾਂ ਹਾਂ ਪਰ ਇੱਕ ਬੀੜੀ ਸ਼ਰਮ ਹੈ ਭਾਰਤੀ ਜਨਤਾ ਪਾਰਟੀ ਦਾ ਪ੍ਰਧਾਨ ਉਸੋਂ ਦਾ ਜੀ ਉਹਨੇ ਇਨਕਸ਼ਾਫ ਕਰਤਾ ਉਹ ਕਹਿੰਦਾ ਜੀ ਇਹ ਤਾਂ 220 ਦੀ ਵੀਡੀਓ ਹੈ ਅੱਛਾ ਜੀ ਜਦੋਂ ਕਮਲਨਾਥ ਮੁੱਖ ਮੰਤਰੀ ਹੁੰਦਾ ਸੀ ਅੱਛਾ ਚਲੋ ਵੀਡੀਓ ਪੁਰਾਣੀ ਹੋਵੇ ਕਮਲਨਾਥ ਮੁੱਖ ਮੰਤਰੀ ਹੁੰਦਾ ਸੀ ਵੀ ਬੰਦੇ ਦੇ ਸਿਰ 'ਚ ਪਿਸ਼ਾਬ ਤਾਂ ਕੀਤਾ ਹੀ ਹੈ ਨਾ ਕੀਤਾ ਹੀ ਹੈ ਨਾ ਉਹ ਕਹਿੰਦੇ ਵੀ ਫਿਰ ਹੁਣ ਕੀ ਕਰੀਏ ਦਾਨੀਲ ਗਿਆ ਸਾਹਿਬ ਉਹ ਤੇਰੀ ਅ ਆਪਣੀ ਟ੍ਰਾਈਬਲ ਜਾਂ ਆਦਿਵਾਸੀਆਂ ਦੀ ਵਸੋਂ ਹੈ ਵਸੋਂ ਬਹੁਤ ਜ਼ਿਆਦਾ ਰਾਈਟਸ ਪ੍ਰੋਟੈਕਟਡ ਨੇ ਉਹਨਾਂ ਦੇ 31% ਹੈ ਹੂੰ ਹੂੰ ਤੇ 31% ਦੀ ਪਾਪੂਲੇਸ਼ਨ ਤੇ ਦਾ ਮਤਲਬ ਇੰਨੀ ਕੀ ਵੋਟ ਹੈ ਉਹਨਾਂ ਦੀ ਹੋਊਗੀ ਤੇ 31% ਵੋਟ ਕੁਛ ਦੀ ਕੁਛ ਕਰਦੀ ਹੈ ਹੂੰ ਹੂੰ ਹੁਣ ਸੀਟਾਂ ਜਿਹੜੀਆਂ ਹੈਗੀਆਂ ਉੱਥੋਂ ਦੀਆਂ ਹੂੰ ਹੂੰ ਉਹ ਕਾਫੀ ਹੈ ਜੀ ਉਹਨਾਂ ਸੀਟਾਂ ਦੇ ਵਿੱਚੋਂ 200 ਤੇ 30 ਸੀਟਾਂ ਜੀ 86 ਸੀਟਾਂ ਉਹ ਹੈ ਜਿਹੜੀਆਂ ਸੀਟਾਂ ਦੇ ਉੱਤੇ ਆਦਵਸੀਆਂ ਦਾ ਪ੍ਰਭਾਵ ਹੈ 230 ਚੋਂ 47 ਸੀਟਾਂ ਰਿਜ਼ਰਵ ਹੈ ਜੀ ਫਿਰ ਉਹਨਾਂ ਨੇ ਸੋਚਿਆ ਵੀ ਹੁਣ ਇਹਦਾ ਕੱਪ ਕਰਗੇ ਟਿਕਣਬਾਜੀ ਕਰਗੇ ਵੀ ਆ ਜਿਹੜੀ ਆਦਵਸੀਆਂ ਦੀ ਵੋਟ ਹੈ ਇਹਨੂੰ ਕਿਵੇਂ ਲਈਏ ਹੂੰ ਹੂੰ ਮੇਰਾ ਖਿਆਲ ਹੈ ਜੀ ਫਿਰ ਜਿਹੜੇ ਉਹ ਥਿੰਕ ਟੈਂਕ ਵਾਲੇ ਹੁੰਦੇ ਆ ਨਾ ਉਹ ਫਿਰ ਲੱਗੇ ਉਹਨਾਂ ਨੇ ਕਿਹਾ ਜੀ ਬਿੱਲੀ ਭਾਗੀ ਸਿੱਕਾ ਟੁੱਟਾ ਆ ਲਓ ਬਣ ਗਈ ਗੱਲ ਬਣ ਗਈ ਗੱਲ ਉਹ ਕਹਿੰਦੇ ਲਿਆਓ ਭਾਈ ਉਹਨੂੰ ਆਦਵਸੀ ਨੂੰ ਭਾਲ ਕੇ ਹੂੰ ਹੂੰ ਉਹ ਆਦਵਸੀ ਦਾ ਪਤਾ ਨਹੀਂ ਵਿਚਾਰਾ ਮੈਨੂੰ ਲੱਗਦੀ ਹੈ ਵੀ ਉਹ ਜਿਹੜਾ ਡੇਰਾ ਸੱਚਾ ਸੌਦਾ ਵਾਲਿਆਂ ਦੇ ਸੀ ਨਾ ਜਿਹੜੇ ਵਰਕਸ਼ਾਪ ਚਲਾਉਂਦੇ ਸੀ ਉਹਨਾਂ ਦੇ ਵਿੱਚੋਂ ਇੱਕ ਦੋ ਬੰਦੇ ਗਾਇ ਅੱਛਾ ਜੀ ਕਹਿੰਦੇ ਥਿਆ ਹੀ ਨਹੀਂ ਤੇ ਮੈਂ ਉਦੋਂ ਹੀ ਕਹਤਾ ਸੀ ਆਪਣੇ ਪ੍ਰੋਗਰਾਮ ਚ ਵੀ ਸ਼ਾਇਦ ਹੁਣ ਥਿਆਉਣ ਵੀ ਨਾ ਹੂੰ ਹੂੰ ਥੌਣੇ ਵੀ ਨਹੀਂ ਥੌਣੇ ਵੀ ਨਹੀਂ ਉਹ ਜਿਹਦੇ ਸਿਰ ਦੇ ਵਿੱਚ ਪਿਸ਼ਾਬ ਕੀਤਾ ਸੀ ਮੇਰਾ ਖਿਆਲ ਥਿਆਉਣਾ ਉਹ ਵੀ ਨਹੀਂ ਨਾ ਉਹ ਵੀ ਨਹੀਂ ਥਿਆਉਂਦਾ ਉਹ ਵੀ ਨਹੀਂ ਥਿਆਉਣਾ ਤੇ ਮੇਰੇ ਯਾਰ ਕੇ ਇਹਨੂੰ ਕਿਸੇ ਨੂੰ ਹੋਰ ਹੀ ਫੜ ਕੇ ਲੈ ਗਏ ਹੂੰ ਹੂੰ ਜਦੋਂ ਫੜ ਕੇ ਲੈ ਗਏ ਤੇ ਉਹਨੂੰ ਬਹਾਲਾ ਜੀ ਜਾ ਕੇ ਕੁਰਸੀ ਤੇ ਹੂੰ ਪਟੜੇ ਤੇ ਬਹਿ ਕੇ ਸ਼ਿਵਰਾਜ ਸਿੰਘ ਚੋਹਾਨ ਆਪ ਜੀ ਨਾਲ ਫਿਰ ਅਹਲਕਾਰ ਲਿਆਂਦੇ ਪਾਣੀ ਫੜਾਓ ਜੀ ਕਹਿੰਦੇ ਹੂੰ ਹੂੰ ਪਾਣੀ ਦਾ ਲੋਟਾ ਫੜਾਤਾ ਲੋਟੇ ਦੇ ਨਾਲ ਉਹਨੇ ਪੈਰ ਧੋਤੇ ਮਹ ਮਹ ਪਹਿਰ ਤੋਂ ਕਿ ਫਿਰ ਜੀ ਉਹਨੂੰ ਇੱਕੋ ਫੜਾਈ ਮੈਂ ਆਪਣੀ ਚਾਦਰ ਆਪਣੀ ਤੌਲਗੇ ਦੀ ਲਈ ਬੀ ਆਲੋ ਜੀ ਪੈਰ ਹੁਣ ਥੋੜੇ ਉਹ ਫੜਾਤੇ ਉਹਦੇ ਐਲ ਕਰਨੇ ਫਿਰ ਉਹਨੇ ਪੈਰ ਪੁੰਝੇ ਹਮ ਹਮ ਫਿਰ ਉਹਨੂੰ ਕਹਿੰਦਾ ਵੀ ਤੂੰ ਤਾਂ ਮੇਰੇ ਘਰੇ ਸਦਮਾ ਆ ਗਿਆ ਜੀ ਤੂੰ ਮੇਰਾ ਸਦਮਾ ਹੈ ਹਮ ਹਮ ਧੰਨਵਾਦ ਜੀ ਸਭ ਇੱਥੇ ਫੇਰਾ ਸੀ ਹੁੰਦੀ ਹੈ ਵੀ ਉਹਨੇ ਫਿਰ ਪੰਗਾ ਲੈ ਲਿਆ ਹਾਂ ਪੰਗਾ ਹੀ ਲੈ ਲਿਆ ਵੀ ਉਹ ਕਹਿੰਦੇ ਵੀ ਜਿਹੜੇ ਆਪਣੇ ਨਰਿੰਦਰ ਮੋਦੀ ਸਾਹਿਬ ਹੈ ਬੀਜੇਪੀ ਵਾਲੇ ਜਿਹੜੇ ਭਗਤ ਹੈ ਹਾਂ ਹਾਂ ਉਹ ਕਹਿੰਦੇ ਜੀ ਤਾਂ ਆਰਾਮ ਅਵਤਾਰ ਰਾਮ ਭਗਵਾਨ ਨੇ ਜੀ ਰਾਮ ਭਗਵਾਨ ਦਾ ਵਾਰਸ ਤਾਂ ਇਹ ਹੈ ਹਾਂ ਹਾਂ ਜੀ ਹੁਣ ਰਾਮ ਭਗਵਾਨ ਦਾ ਵਾਰਸ ਮੋਦੀ ਹੈ ਹਾਂ ਤੇ ਕ੍ਰਿਸ਼ਨ ਵੀ ਰਾਮ ਭਗਵਾਨ ਤੋਂ ਘੱਟ ਨਹੀਂ ਬਿਲਕੁਲ ਤੇ ਜੇ ਉਹ ਵਿਚਾਰਾ ਮਤਲਬ ਜਿਹੜਾ ਹੈਗਾ ਆਦਵਾਸੀ ਆਦਵਾਸੀ ਉਹ ਆਦਵਾਸੀ ਜੇ ਸੁਦਾਮਾ ਹੈ ਤਾਂ ਫਿਰ ਕ੍ਰਿਸ਼ਨ ਕ੍ਰਿਸ਼ਨ ਭਗਵਾਨ ਤਾਂ ਫਿਰ ਬਣ ਗਿਆ ਆਪਣਾ ਕੀ ਕਹਿੰਦੇ ਸ਼ਿਵਰਾਜ ਸਿੰਘ ਚੌਹਾਨ ਤੇ ਇਹਨੂੰ ਬਰਦਾਸ਼ਤ ਕਿਵੇਂ ਕਰਨਗੇ ਮੋਦੀ ਜੀ ਨਾ ਜਮਾ ਨਹੀਂ ਕਰਦੇ ਮੋਦੀ ਜੀ ਦਾ ਮਤਲਬ ਤੁਸੀਂ ਦੇਖੋ ਵੀ ਨਾਲ ਕਿਸੇ ਨੂੰ ਫੋਟੋ ਦੇ ਨੇੜੇ ਨਹੀਂ ਆਉਣ ਦਿੰਦੇ ਨਾ ਨਾ ਉਹ ਕਹਿੰਦਾ ਚੱਲ ਬਾਹਰ ਬਾਹਰ ਚੱਲ ਫਰੇਮ ਫਰੇਮ ਚ ਲਾ ਕੇ ਨੇੜੇ ਤੇੜੇ ਆ ਜੂ ਇਹ ਇੱਕ ਤਾਂ ਉਹਨੇ ਪੰਗਾ ਇਹ ਲੈ ਲਿਆ ਜੀ ਖੈਰ ਲੈ ਕੇ ਜੀ ਉਹਨੂੰ ਸਾਰਾ ਕੁਝ ਰੋਟੀ ਪਾਣੀ ਸ਼ਿਕਾਇਆ ਫਿਰ ਉਹਨੂੰ ਇੱਕ ਨਾਰੀਅਲ ਵੀ ਦਿੱਤਾ ਜੀ ਇੱਕ ਉਹ ਮੋਢਿਆਂ ਦੇ ਉੱਤੇ ਸਾਫਾ ਜਿਹਾ ਪਾਉਂਦੇ ਹੁੰਦੇ ਉਹ ਵੀ ਪਾਤਾ ਹੂੰ ਹੂੰ ਤੇਰੇ ਨਾਲ ਕਹਿੰਦਾ ਮੈਂ ਲਿਵਿੰਗ ਕੰਟੈਕਟ ਚ ਰਹੂੰਗਾ ਟੈਲੀਫੋਨ ਕਰਦਾ ਰਹਾਂਗਾ ਹੂੰ ਹੂੰ ਜੇ ਤੈਨੂੰ ਕਦੇ ਲੋੜ ਲੂਟ ਪੈ ਗਈ ਨਾ ਕਹਿੰਦਾ ਮੇਰੇ ਕੋਲੇ ਆ ਜੀ ਜੀ ਜਾਂ ਮੀ ਆਉਂਦੇ ਸਰ ਬਾੜੀ ਦੇਣਗੇ ਅੰਦਰ ਵੀ ਵੜਦੇ ਹੋ ਹੂੰ ਤੁਰੰਤ ਬਾਅਦ ਦਾਨਯਾੜਗੇ ਸਾਹਿਬ ਕੋਈ ਬੜਾ ਖੋਜੀ ਪੱਤਰਕਾਰ ਕੋਈ ਮੇਰੇ ਖਿਆਲ ਵੀ ਜਮਾ ਜੀ ਨੂੰ ਜਮਾ ਹੀ ਨਹੀਂ ਸਰਦਾ ਸੀ ਹਾਂ ਹਾਂ ਉਤਰਪਿਆ ਜੀ ਜੀ ਉਹਨੇ ਜਾ ਕੇ ਤੇ ਉਹ ਬੰਦਾ ਲੱਭ ਲਿਆ ਹਮ ਜਿਹੜਾ ਬੰਦਾ ਅਸਲ ਜੀ ਨਾ ਨਾ ਜਿਹੜਾ ਜਿਹੜਾ ਨਕਲੀ ਸੀ ਜਿਹਦੇ ਪੈਰ ਤੋਂ ਆ ਕੇ ਆਇਆ ਸੀ ਹਾਂ ਹਾਂ ਉਹਦਾ ਨਾਮ ਹੈ ਦਸ਼ਮਤ ਆਰਾਵਤ ਅੱਛਾ ਜੀ ਦਸ਼ਮਤ ਰਾਪਤ ਕੋਲੇ ਚਲਾ ਗਿਆ ਹਾਂ ਹਾਂ ਕਹਿੰਦਾ ਰਾਪਤ ਸਾਹਿਬ ਫਿਰ ਤੁਸੀਂ ਦੱਸੋ ਹੀ ਥੋੜੇ ਕਿਵੇਂ ਕੀਤਾ ਉਹਦਾ ਨਾਮ ਉਪਰਾਵਾ ਮੈਂ ਤਾਂ ਵੀਡੀਓ 'ਚ ਹੈ ਹੀ ਨਹੀਂਗਾ ਅੱਛਾ ਮੇਰੀ ਤਾਂ ਵੀਡੀਓ ਹੀ ਨਹੀਂ ਹੋ ਮੇਰੇ ਤਾਂ ਮੇਰੇ ਤਾਂ ਕਿ ਮੈਨਾਂ ਨਹੀਂ ਕੋਈ ਕਿਤਲਾ ਕਰਦਾ ਕਹਿੰਦਾ ਮੇਰੇ ਸਿਰ ਤੇ ਨਹੀਂ ਨਾ 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 ਮੈਂ ਨਹੀਂ ਕਹਿੰਦਾ ਵੀਡੀਓ ਵਾਲਾ ਜਿਹਦੇ ਵੀਡੀਓ ਤਾ ਉਹ ਹੈ ਨਾ ਜਿੱਥੇ ਪਿਸ਼ਾਬ ਕਰੀ ਜਾਂਦਾ ਬੰਦਾ ਹਾਂ ਹਾਂ ਵੀ ਮੇਰੇ ਤੇ ਤਾਂ ਮੇਰੇ ਤੇ ਨੇ ਕੀਤਾ ਕਰਾਇਆ ਸੀ ਕੋਈ ਹੂੰ ਹੂੰ ਮੈਨੂੰ ਤਾਂ ਜਿਹੜਾ ਕਹਿੰਦਾ ਥਾਣੇ ਸੱਦਿਆ ਉੱਥੇ ਡੀਐਮ ਆ ਗਿਆ ਸੀ ਹੂੰ ਹੂੰ ਮੈਂ ਡੀਐਮ ਸਾਹਿਬ ਨੂੰ ਵੀ ਕਹਿੰਦਾ ਜੀ ਮੇਰਾ ਕੰਮ ਨਹੀਂ ਹੂੰ ਹੂੰ ਉਹ ਤਾਂ ਮੇਰੇ ਨੂੰ ਲੱਗਦੀ ਹੈ ਜੀ ਉਹਨਾਂ ਨੇ ਕਿਹਾ ਚੱਕੋ ਸਹੀ ਕਰਾ ਦਵਾਂ ਉਹਦਾ ਥਿੰਕ ਟੈਂਕ ਆਉਣਾ ਹੈ ਵੀ ਪੈਰ ਤੋ ਆਉ ਤੇ ਜਿੱਥੇ ਬੱਲੇ ਬੱਲੇ ਹੋ ਜੇ ਹੂੰ ਹੂੰ ਉਹ ਜੀ ਲੈ ਕੇ ਤੇ ਉੱਥੇ ਪਹੁੰਚ ਗਿਆ ਉਹਦਾ ਭਰਾ ਮ ਆਪਣਾ ਕੀ ਹੁੰਦਾ ਸਟਾਮਪ ਤੇ ਉਹ ਤੋਂ ਲਿਖਤ ਵੀ ਕਰਵਾ ਲਈ ਲਿਖਤ ਕਰਵਾ ਕੇ ਸਾਰਾ ਕੁਝ ਲੈ ਲਏ ਤੇ ਉਹ ਲੁਵਾਤੀ ਉਹਨੇ ਇੱਕ ਗੱਲ ਹੋਰ ਯਾਦ ਕਰੋ ਤੁਹਾਡੀ ਯਾਦ ਆਇਆ ਇੱਕ ਵਾਰੀ મોદી ਸਾਹਿਬ ਨੇ ਕਹਿੰਦਾ ਸੀ ਇਕ ਕਬੀ ਬੀਬੀ ਦਾ ਉਹ ਬੜਾ ਦਾ ਘਰ ਵੀ ਬਣਾਤਾ ਉਹਦਾ ਸਾਰਾ ਕੋਈ ਬਣਾਉਣਾ ਉਹਨੂੰ ਗੈਸ ਦਾ ਕਨੈਕਸ਼ਨ ਵੀ ਦੇਤਾ ਸਾਰਾ ਕੁਝ ਕਰਦਾ ਉਹ ਕਹਿੰਦੀ ਮੇਰੇ ਤਾਂ ਕੁਝ ਉਸ ਤੋਂ ਬਾਅਦ ਜਦੋਂ ਖੋਜੀ ਪੱਤਰਕਾਰ ਚਲੇ ਗਿਆ ਉਹਦਾ ਜੀ ਕੀ ਕੁਝ ਦਿੱਤਾ ਉਹ ਕਹਿੰਦੀ ਜੀ ਮੈਨੂੰ ਤਾਂ ਇਹਨਾਂ ਨੇ ਆਪ ਹੀ ਸਿਖਾਇਆ ਜਾਂ ਸੀ ਵੀ ਤੈਨੂੰ ਪ੍ਰਧਾਨ ਮੰਤਰੀ ਨਾਲ ਗੱਲ ਕਰ ਉਹ ਬੋਲੀ ਗਿਆ ਮੈਨੂੰ ਤਾਂ ਪਤਾ ਨਹੀਂ ਲੱਗਿਆ ਕੀ ਹੈ ਕੀ ਬੋਲ ਗਿਆ ਕੀ ਕਰਕੇ ਮੈਨੂੰ ਨਹੀਂ ਕੁਝ ਦਿੱਤਾ ਦਿੱਤਾ ਮੈਂ ਤਾਂ ਉਹੀ ਜਿਹੀ ਬੈਠੀ ਹੈ ਜਿਹੇ ਜਿਹੀ ਪਹਿਲਾਂ ਸੀ ਉਹ ਖਬਰ ਜਿਹੜੀ ਹੈਗੀ ਜੀ ਉਹ ਚਾਲੂ ਹੋਗੀ ਜਦੋਂ ਖਬਰ ਉਹ ਵਾਇਰਲ ਹੋ ਗਈ ਤੇ ਫਾਇਰਲ ਹੋਣ ਤੋਂ ਬਾਅਦ ਹੋਰ ਤਾਂ ਕੁਝ ਕੀ ਹੋਣਾ ਸੀ ਉਹ ਪੱਤਰਕਾਰ ਨੌਕਰੂਚੇ ਜਰੂਰ ਨਿਕਲ ਗਿਆ ਉਹ ਚੈਨਲ ਆਣੇ ਨੂੰ ਉਹ ਕੱਟ ਕੱਟਦਾ ਇਹ ਵੀ ਹੈ ਤਾਂ ਵਿਚਾਰਾ ਕਿਸੇ ਚੈਨਲ ਦਾ ਹੀ ਖਰ ਗੱਲ ਹੈ ਉਹਨੂੰ ਦਿਲ ਤੜਕੇ ਥੋੜੇ ਇਹ ਮਾਮਲਾ ਹੁਣ ਚੱਕ ਲਿਆ ਕਾਂਗਰਸ ਨੇ ਜੀ ਕਾਂਗਰਸ ਨੇ ਚੱਕ ਲਿਆ ਉਹ ਕਹਿੰਦੇ ਹੋਏ ਇਹ ਭੜਿਓ ਮਾਨਸੂ ਆ 420 ਕੀ ਕਰੀ ਜਾਂਨੇ ਹੂੰ ਹੂੰ ਆ ਠੱਗੀ ਕੀ ਕਰੀ ਜਾਂਨੇ ਤੁਸੀਂ ਐਮੀ ਕੁਲ ਮਤਲਬ ਜਿਹੜੇ ਹੈਗੇ ਆ ਆਦਵਸੀਆਂ ਨੂੰ ਕਰੀ ਜਾਂਨੇ ਹੋ ਜੀ ਹੁਣ ਇਹ ਤਾਂ ਦੇਖਣਾ ਇਹ ਹੈ ਵੀ ਆਦਵਸੀ ਬੋਟ ਤਾਂ ਮੇਰੇ ਖਿਆਲ ਜਿੰਨੀ ਕ ਪੈਣੀ ਸੀ ਪੈ ਗਈ ਯੋਕੋ ਪ੍ਰਚਾਰਤਾ ਥੱਲੇ ਤੱਕ ਜਾਂਦਾ ਹੁਣ ਆਦਵਸੀ ਉਹ ਪਹਿਲਾ ਵਾਲੇ ਵੀ ਨਹੀਂ ਰਹੀ ਹੂੰ ਹੂੰ ਉਹਨਾਂ ਨੂੰ ਸੋਝੀ ਆਈ ਹੋਈ ਹੈ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਲੜਨਾ ਸਿੱਖ ਗਏ ਸਿੱਖ ਗਏ ਉਹ ਲੜੀ ਜਾਂਦੇ ਆ ਜਿਹੜੇ ਤੁਸੀਂ ਜ਼ਿਕਰ ਕੀਤਾ ਸੀ ਕਿ ਉਹਨਾਂ ਕੋਲੇ ਜਿਹੜੇ ਪ੍ਰੋਟੈਕਟਿਡ ਹੈ ਉਹਨਾਂ ਦੇ ਰਾਈਟਸ ਰਾਈਟਸ ਬਿਲਕੁਲ ਉਹਨਾਂ ਦੇ ਰਾਈਟਸ ਉਹ ਰਾਈਟਸ ਦੀ ਖਾਤਰ ਤਾਂ ਮਰਨ ਬਿਟਦੇ ਆ ਤੀਰਕਮਾਨਾਂ ਨਾਲ ਲੜਾਈ ਲੜਦੇ ਆ ਹੂੰ ਹੂੰ ਵੋਟਾਂ ਬੂਟਾਂ ਤੋਂ ਉਹਨਾਂ ਨੇ ਜਿਹੜੀਆਂ ਪਾਉਣੀਆਂ ਪਾਉਣੀਆਂ ਮੈਨੂੰ ਲੱਗਦੀ ਹੈ ਵੀ ਇਹ ਦਿੱਲੀ ਵਾਲੇ ਜਰੂਰ ਛਿੜਕਣਗੇ ਉਹਨੂੰ ਜੀ ਸ਼ਿਵਰਾਜ ਸਿੰਘ ਝਾੜਨੂ ਵੀ ਤੂੰ ਆ ਆ ਕੀ ਨਵ ਇਸ ਆਪਾ ਕੱਲਾ ਹੁਣ ਉੱਥੋਂ ਤੱਕ ਸੀਮਤ ਨਹੀਂ ਰਹਿਣਾ ਇਹ ਮੂਰਤ ਜਿਹੜੀ ਹੈਗੀ ਹੈ ਜੀ ਜਿਹੜੀ ਉਹ ਚਲਦੀ ਹੈ ਜਿਹੜੀ ਤਸਵੀਰਾਂ ਬੋਲਦੀਆਂ ਇਹ ਬੋਲਦੀਆਂ ਜਿਹੜੀਆਂ ਲੈ ਦੇਵੇ ਤਸਵੀਰਾਂ ਇਹ ਜਿਹੜੀਆਂ ਤਸਵੀਰਾਂ ਬੋਲਦੀਆਂ ਤਸਵੀਰਾਂ ਵਾਲੀ ਮੂਰਤ ਹੈ ਨਾ ਇਹਨੇ ਮਤਲਬ ਮੇਰੇ ਖਿਆਲ ਸਾਰੇ ਭਾਰਤ 'ਚ ਹੀ ਘੁੰਮੂਗੀ ਕਿ ਵੋਟਾਂ ਹਾਸਲ ਕਰਨ ਵਾਸਤੇ ਕੀ ਕੀ ਪਾਪੜ ਵੇਲਦੇ ਤੇ ਕਿਹੋ ਜਿਹਾ ਅਪਰਾਧ ਕਰਦੇ ਆ ਗੁਨਾਹ ਕਰਦੇ ਆ ਅਸਲ ਬੰਦਾ ਤਾਂ ਹਜੇ ਵੀ ਨਹੀਂ ਲੱਭਿਆ ਮੈਨੂੰ ਨਹੀਂ ਲੱਭਿਆ ਨਹੀਂ ਲੱਭਿਆ ਹਾਂ ਹਾਂ ਉਹ ਕਹਿੰਦੇ 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 ਫਿਰ ਮੁੜ ਕੇ ਖੋੜਾ ਉਵੇਂ ਹੀ ਗੱਲ ਹੈ ਜਿਹੜਾ ਬੰਦਾ ਇੱਕ ਜਨਾਨੀ ਦੀ ਜਿਹੜੀ ਆਹੀ ਤਾਂ ਹੁਣ ਬੜਾ ਬੜੀ ਉਹ ਕਹਿੰਦੀ ਜੀ ਮੇਰਾ ਘਰ ਵਾਲਾ ਪੱਲੇਦਾਰੀ ਕੰਮ ਕਰਦਾ ਸੀਗਾ ਉਹ ਵੀ ਲੱਭ ਲਿਆ ਇੱਕ ਵਿੱਚ ਹੋਰ ਵੀਡੀਓ ਆ ਰਹੀ ਹੈ ਕਹਿੰਦਾ ਜੀ ਗੱਲ ਛੋਡੋ ਜਿਨ੍ਹਾਂ ਨੇ ਮੇਰੇ ਸਿਰ ਤੇ ਮੂਤਿਆ ਕਹਿੰਦਾ ਉਹ ਸਾਡੇ ਪਿੰਡ ਦੇ ਬ੍ਰਾਹਮਣ ਆ ਕਹਿੰਦਾ ਅਸੀਂ ਉਹਨਾਂ ਨਾਲ ਪੰਗਾ ਨਹੀਂ ਲੈਣਾ ਇਹ ਵੀ ਚੱਲੀ ਜਾਂਦੀ ਏ ਗੱਲਬਾਤ ਇਹ ਪਤਾ ਨਹੀਂ ਪੰਬਲ ਭੂਸਾ ਦਾ ਕੀ ਪਿਆ ਖੜਾ ਇਹ ਵੀ ਹਜੇ ਨਹੀਂ ਉਹ ਕਹਿੰਦਾ ਵੀ ਉਹ ਜਿਹੜਾ ਸਾਡੇ ਪਿੰਡ ਦਾ ਬ੍ਰਾਹਮਣ ਹੈ ਜੀ ਉਹਨੇ ਮੈਨੂੰ ਮਰਲੋ ਮਲੀ ਸਾਥਾ ਬ੍ਰਾਹਮਣ ਨੇ ਕਿਹਾ ਹੁਣ ਨਾ ਵੀ ਤੂੰ ਚੱਲ ਯਾਰ ਤੂੰ ਆਪਰੇ ਆ ਉਹ ਹੈ ਵੀ ਮੈਨੂੰ ਉਹਨੇ ਸਾਥਾ ਉਹ ਇਹ ਕਹਿੰਦਾ ਉਹ ਆਏ ਕਹਿੰਦਾ ਉਹ ਮੈਨੂੰ ਉਹਨੇ ਸਾਥਾ ਤਾਂ ਮਤਲਬ ਉਹ ਜਿਹੜੇ ਅਰਥ ਹਨ ਜਿਹਦੇ ਡੂੰਘੇ ਅਰਥ ਅੱਛਾ ਜਿਹੜੀ ਡੀਕੋਡ ਕਰਨ ਵਾਲੀ ਗੱਲ ਹੈ ਜਿਹਦੇ ਨੂੰ ਆਪਾਂ ਡੀਕੋਡ ਕਰਾਂਗੇ ਨਾ ਫਿਰ ਪਤਾ ਲੱਗਦਾ ਵੀ ਕਹਾਣੀ ਕੀ ਲੱਗਦਾ ਵੀ ਕਹਾਣੀ ਕੀ ਕਹਾਣੀ ਤਾਂ ਵੀ ਕਿਤੇ ਹੋਰ ਹੀ ਤਰੀ ਫਿਰਦੀ ਏ ਇਹ 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 ਜਿਹੜਾ ਉਹਨਾਂ ਨੇ ਬਤਲਾਪਾ ਦੇਖਿਆ ਜੀ ਵਿਆਹ ਮੁਕਲਾਵਿਤਾ ਬਹੁਤ ਦੇਖਿਆ ਜੀ ਪਰ ਇਹ ਜਿਹੀ ਕਿਤੇ ਤੂੰ ਕਦੇ ਨਹੀਂ ਦੇਖੀ ਜਾਨੀ ਚਲੋ ਤੇ ਹੁਣ ਆਪਾਂ ਗੱਲ ਕਰੀਏ ਜੀ ਇੱਧਰ 17 ਜੁਲਾਈ ਤੋਂ ਕਹਿੰਦੇ ਸੁਪਰੀਮ ਕੋਰਟ ਕੇਂਦਰੀ ਆਰਡੀਨੈਂਸ ਖਲਾ ਪਟੀਸ਼ਨਾਂ ਤੇ ਕਹਿੰਦੇ ਰੋਜ਼ਾਨਾ ਸੁਣਵਾਈ ਕਰਨ ਦਾ ਉਹਨੇ ਮਾਨ ਬਣਾ ਲਿਆ ਜੀ ਹਾਂ ਜੀ ਪੱਕਾ ਬਣ ਗਿਆ ਜੀ ਮਾਨ ਕੱਲ ਜਿਹੜਾ ਕੇਜਰੀਵਾਲ ਹੋਣਾ ਨੇ ਪਟੀਸ਼ਨ ਪਾਈ ਹੈ ਹੂੰ ਹੂੰ ਪਟੀਸ਼ਨ ਨੂੰ ਤੁਹਾਨੂੰ ਪਤਾ ਹੀ ਵੀ ਕਿਉਂ ਪਾਉਣੀ ਪੈਗੀ ਜੀ ਅਸਲ ਦੇ ਵਿੱਚ ਇਹ ਹੈ ਕਿ ਜਿਹੜਾ ਦਿੱਲੀ ਦਾ ਕਾਇਦਾ ਕਾਨੂੰਨ ਹੈ ਹੂੰ ਹੂੰ ਉਸ ਕਾਇਦੇ ਕਾਨੂੰਨ ਦੇ ਮੁਤਾਬਕ ਜ਼ਿਆਦਾ ਪਾਵਰਾਂ ਜਿਹੜੀਆਂ ਜਿਹੜੀਆਂ ਮਹੱਤਵਪੂਰਨ ਪਾਵਰਾਂ ਉਹ ਕੇਂਦਰ ਸਰਕਾਰ ਕੋਲ ਹੈ ਜੀ ਕਿਉਂਕਿ ਕੇਜਰੀਵਾਲ ਨੇ ਉੱਥੇ ਆਪਣੇ ਪੈਰ ਜਮਾ ਲਏ ਹੈ ਹੂੰ ਹੂੰ ਕੇਜਰੀਵਾਲ ਨੇ ਜਿਸ ਢੰਗ ਦੇ ਨਾਲ ਉੱਥੇ ਕੰਮ ਕੀਤਾ ਹੈ ਜਾਂ ਲੋਕਾਂ ਦੇ ਵਿੱਚ ਵਿਚਰਦਾ ਹੈ ਆਮ ਲੋਕਾਂ ਨੂੰ ਹੀ ਹੋ ਗਿਆ ਕਿ ਸਾਡਾ ਜੀ ਖਾਸ ਕਰਕੇ ਜਿਹੜੇ ਆਟੋ ਰਿਕਸ਼ਾ ਵਗੈਰਾ ਵਾਲੀ ਲੋਕ ਹੈਗੇ ਜਿਹਨੂੰ ਆਪਾਂ ਕਿਰਤੀ ਲੋਕ ਕਹਿੰਦੇ ਨੇ ਹੂੰ ਹੂੰ ਉਹ ਕਹਿੰਦੇ ਵੀ ਇਹ ਸਾਡੇ ਮੁਤਾਬਕ ਚੱਲਦਾ ਸਾਡਾ ਬੰਦਾ ਹੈ ਤੇ ਸਾਡੇ ਲਈ ਗੱਲ ਕਰਦਾ ਹੈ ਹਾਲਾਂਕਿ ਆਪਾਂ ਨੂੰ ਪਤਾ ਵੀ ਲੀਡਰ ਕੀ ਦੇ ਕੀ ਕੁਝ ਹੁੰਦੇ ਆ ਉਹਨਾਂ ਦੇ ਮਤਲਬ ਪਰਸੈਪਸ਼ਨ ਬਣ ਗਈ ਹੈ ਹੂੰ ਹੂੰ ਉਹਦਾ ਨਤੀਜਾ ਹੋਇਆ ਕਿ ਉੱਥੇ ਲਗਾਤਾਰ ਜਿੱਤ ਜਿਹੜੀ ਹੈਗੀ ਹੈ ਉਹਨੂੰ ਮਿਲਦੀ ਆ ਰਹੀ ਹੈ 2012 ਚ ਆਮ ਆਦਮੀ ਪਾਰਟੀ ਬਣੀ ਸੀ ਹੂੰ ਹੂੰ 14 ਦੇ ਵਿੱਚ ਮਤਲਬ ਇਹ ਪਹਿਲੀ ਵਾਰੀ ਹੈ 13 ਚ ਮੇਰਾ ਖਿਆਲ ਉੱਥੇ ਇਲੈਕਸ਼ਨ ਹੁੰਦੀ ਹੈ ਜੀ ਜੀ ਉਹ ਇਲੈਕਸ਼ਨ ਦੇ ਵਿੱਚ ਪਹਿਲੀ ਵਾਰੀ ਇਹਨਾਂ ਕੋਲ ਥੋੜੀਆਂ ਸੀਟਾਂ ਆਈਆਂ ਸੀ ਦੂਜੀ ਵਾਰੀ ਫੇਰ ਜਿਹੜੀ ਹੈ ਮਤਲਬ ਕਾਂਗਰਸ ਨਾਲ ਰਲ ਕੇ ਸਰਕਾਰ ਬਣੀ ਸੀ 49 ਦਰਾਂ 59 ਦਰਾਂ ਦੀ ਹੂੰ ਹੂੰ 49 ਦਰਾਂ ਤੋਂ ਬਾਅਦ ਫੇਰ ਉਹ ਨਾ ਚੋ ਉਹ ਕਾਂਗਰਸ ਵਾਲਿਆਂ ਤੋਂ ਅਲੈਦਾ ਕਰਕੇ ਤੇ ਦੁਬਾਰਾ ਵੋਟਾਂ ਪੁੱਗੀਆਂ ਤੇ ਉਹਨਾਂ ਨੂੰ 76 ਸੀਟਾਂ ਮਿਲ ਗਈਆਂ ਸੀ ਹੂੰ ਹੂੰ ਹੁਣ ਤਾਂ ਉਹਨਾਂ ਦਾ ਖਰਕਾਰਪੁਰੇਸ਼ਨ ਤੇ ਵੀ ਕਬਜ਼ਾ ਹੋ ਗਿਆ ਹੂੰ ਹੂੰ ਸਾਰੀਆਂ ਕਾਰਪੋਰੇਸ਼ਨਾਂ ਤੋੜ ਕੇ ਇੱਕੋ ਹੀ ਬਣਾਈ ਸੀ ਤੇ ਉਹਤੇ ਵੀ ਉਹਨਾਂ ਦਾ ਕਬਜ਼ਾ ਹੋ ਗਿਆ ਜੀ ਤੇ ਉੱਥੇ ਹੁਣ ਜੇ ਵੀ ਦਿੱਲੀ ਦੇ ਵਿੱਚ ਜਿਹੜਾ ਬੰਦਾ ਰੜਕਦਾ ਹੋਵੇ ਮੜਾ ਮੋਟਾ ਹਾਲਾਂਕਿ ਵਿਚਾਰਧਾਰ ਅਰੇ ਜਦੋਂ ਇਹ ਵਿਚਾਰਤਾ ਰਾਜੀ ਜਦਨਜੀਤ ਸਾਹਿਬ ਜੀ ਆਪਾਂ ਦੋ ਬੰਦੇ ਹੋਈਏ ਇੱਕੇ ادارے ਚ ਕੰਮ ਕਰਦੇ ਹੋਈਏ ਇੱਕੋ ਜੀ ਆਪਣੀ ਵਿਚਾਰਤਾ ਰਾ ਹੋਵੇ ਖਾਂਦੇ ਪੀਂਦੇ ਵੀ ਆਪਾਂ ਇਕੱਠੇ ਹੋਈਏ ਹੂੰ ਹੂੰ ਮੈਨੂੰ ਇਹ ਖਤਰਾ ਪੈਦਾ ਹੋ ਜੇ ਕਿ ਮੇਰੇ ਵਾਲੀ ਕੁਰਸੀ ਦੀ ਜਿਹੜੀ ਖਟਾਂਗ ਨੂੰ ਦਾਨੇ ਵਾਲੀਏ ਨੇ ਪਾ ਲਿਆ ਹੱਥ ਹੱਥ ਪਾ ਲਿਆ ਇਹ ਸਿੱਟੂਗਾ ਸਿੱਟੂਗਾ ਤੇ ਉਹ ਉਦੋਂ ਆਪਾਂ ਵੀ ਕਿ ਤੁਝੇ ਨਾਲ ਮਤਲ ਜਿਹੜੇ ਹੈ ਥੋੜਾ ਜਿਹਾ ਮਨਮਟਾਵ ਹੋ ਜਾਂਦਾ ਹੁਣ ਜੇ ਮੈਨੂੰ ਇਹ ਡਰ ਲੱਗਦਾ ਤੇ ਫਿਰ ਮੋਦੀ ਸਾਹਿਬ ਨੂੰ ਵੀ ਡਰ ਲੱਗਦਾ ਵੀ ਕੱਲ ਆਰਐਸਐਸ ਵਾਲੇ ਜੇ ਰੁੱਸ ਗਏ ਹੂੰ ਹੂੰ ਬਾਕੀ ਤਾਂ ਚਲੋ ਕੋਈ ਬੁੜਾ ਹੋ ਗਿਆ ਕੋਈ ਖੁ ਲੇ ਹਣ ਲੈ ਹਣ ਹੂੰ ਹੂੰ ਤੇ ਉਹ ਫਿਰ ਲੱਤ ਖਿੱਚਣ ਵਾਲੀ ਗੱਲ ਉਹਨਾਂ ਦੀ ਚਲਦੀ ਚਲਦੀ ਹੈ ਜੀ ਉਹਨਾਂ ਨੇ ਕਿਹਾ ਵੀ ਇਹ ਬੰਦਾ ਬੜਾ ਕੁਛ ਨਾ ਕਰ ਲੈ ਤੇ ਫਿਰ ਆਪਾਂ ਗੱਲ ਕਰੋ ਜੀ ਹੂੰ ਹੂੰ ਉਹਨਾਂ ਨੇ ਮਤਲਬ ਜਿਹੜਾ ਹੈਗਾ ਜਿਹੜਾ ਉਹਨਾਂ ਵਾਲਾ ਜਿਹੜੀ ਸਪੇਸ ਆ ਉਹ ਵੀ ਅਕੂਪਾਈ ਕਰਨੀ ਸ਼ੁਰੂ ਕਰ ਦਿੱਤੀ ਜੀ ਇਹ ਤੇ ਰਫੜ ਪੈ ਗਿਆ ਰਫੜ ਪੈ ਗਿਆ ਚਲੋ ਮਾਮਲਾ ਅਦਾਲਤਾਂ ਚ ਤੁਰਾ ਫਿਰਦਾ ਰਿਹਾ ਫਾਈਨਲ ਜਿਹੜਾ ਅਦਾਲਤ ਦਾ ਫੈਸਲਾ ਆਇਆ ਸੁਪਰੀਮ ਕੋਰਟ ਦਾ ਕਨਸਟੀਟਿਊਸ਼ਨਲ ਬੈਂਚ ਦਾ ਜੀ ਉਹਦੇ ਜਿਹਨਾਂ ਨੇ ਕਿਹਾ ਤਾਂ ਵੀ ਤਿੰਨ ਜਿਹੜੇ ਹੈਗੇ ਆ ਮਾਮਲੇ ਆ ਕੇਂਦਰ ਦੇ ਜਿੱਥੇ ਕੇਂਦਰ ਸਿੱਧੇ ਤੌਰ ਤੇ ਉੱਤੇ ਉਨਾ ਉਨਾ ਤਾਕਤ ਨੂੰ ਇਸਤੇਮਾਲ ਕਰ ਸਕਦਾ ਲਾਰਜ ਆਰਡਰ ਦੇ ਮਾਮਲੇ ਚ ਹਮ ਹਮ ਪੁਲਿਸ ਦੇ ਮਾਮਲੇ ਚ ਤੇ ਲਾਰਡ ਦੇ ਮਾਮਲੇ ਚ ਇਹ ਤੋਂ ਬਾਕੀ ਜਿਹੜੀਆਂ ਸਾਰੀਆਂ ਪਾਵਰਾਂ ਉਹ ਚੀਫ ਮਿਨਿਸਟਰ ਕੋਲੇ ਜਾਂ ਮੰਤਰੀ ਮੰਡਲ ਕੋਲੇ ਹੈ ਲੈਫਟੀਨੈਂਟ ਗਵਰਨਰ ਇਹ ਚ ਕੋਈ ਦਖਲ ਨਹੀਂ ਦੇ ਸਕਦਾ ਜੀ ਇਹ ਮਈ ਦੇ ਮਹੀਨੇ ਦੇ ਵਿੱਚ ਮੇਰਾ ਖਿਆਲ ਆ ਵੀ ਜਦੋਂ ਫੈਸਲਾ ਦਿੱਤਾ ਸੁਪਰੀਮ ਕੋਰਟ ਦਾ ਤੇ ਕੇਜਰੀਵਲ ਹੁਣੀ ਤਾਂ ਬਾਗੀਆਂ ਪਾਉਣ ਲੱਗੇ ਅੱਛਾ ਜੀ ਖੁਸ਼ੀ ਹੁੰਦੀ ਹੈ ਬੰਦੇ ਨੂੰ ਤੇ ਕਈ ਵਾਰੀ ਬੰਦਾ ਖੁਸ਼ੀ ਹੈ ਜਿਹੜੀ ਉਹ ਆਪ ਦੀ ਅੰਦਰੇ ਅੰਦਰ ਪੀ ਲੈਂਦਾ ਹਮ ਹਮ ਬਹੁਤ ਸਾਰੇ ਲੋਕਾਂ ਇਹੋ ਜਿਹੇ ਹੁੰਦੇ ਆ ਜਿਹੜੇ ਦੁੱਖ ਨੂੰ ਵੀ ਪੀ ਲੈਂਦੇ ਆ ਆਪਣੇ ਤੇ ਸੁੱਖ ਨੂੰ ਵੀ ਪੀ ਲੈਂਦੇ ਆ ਉਹ ਖੁਸ਼ੀ ਨੂੰ ਵੀ ਪੀ ਲੈਂਦੇ ਤੇ ਉਹ ਗਮੀ ਨੂੰ ਵੀ ਪੀ ਲੈਂਦੇ ਆ ਲੇਕਿਨ ਕੁਝ ਇੱਕ ਬੰਦੇ ਹੁੰਦੇ ਜਿੰਨਾ ਤੋ ਖੁਸ਼ੀ ਚੱਲੀ ਨਹੀਂ ਆਦੀ ਜੀ ਕੇਜਰੀਵਾਲ ਉਹਨਾਂ ਚੋਂ ਹੀ ਆ ਹੂੰ ਹੂੰ ਕੇਜਰੀਵਾਲ ਤਾਜੀ ਲੱਗਿਆ ਥਾਪੀਆਂ ਮਾਰਨ ਕਹਿੰਦਾ ਹਾਂ ਹੁਣ ਲਗੂਣਾ ਪਤਾ ਜੀ ਜਿਨ੍ਹਾਂ ਨੇ ਕਹਿੰਦਾ ਮੇਰੇ ਕੋਲੇ ਫੈਲਾ ਨਹੀਂ ਲਿਆਦੀਆਂ ਸੀ ਤੇ ਸਭ ਤੋਂ ਪਹਿਲਾਂ ਜਿਹੜਾ ਫੈਲਾ ਵਾਲਾ ਸੀ ਉਸੇ ਨੂੰ ਸੰਮਨ ਕਰ ਰਿਆ ਹੂੰ ਹੂੰ ਉਹ ਭੱਜ ਪੁੱਜ ਗਿਆ ਫਿਰ ਉਹਨੂੰ ਫੋਨ ਫੋਨ ਜੇ ਕੀਤੇ ਕਰਾਇਆ ਉਹ ਆ ਗਿਆ ਚਲੋ ਰੌਲਾ ਪੈ ਗਿਆ ਜੀ ਜੀ ਕੇਂਦਰ ਸਰਕਾਰ ਨੇ ਕਿਹਾ ਵੀ ਜੇ ਫਿਰ ਸਾਡੇ ਫੀਲਾਂ ਨਾਲੇ ਐ ਕਰ ਲੱਗ ਗਿਆ ਤਾਂ ਗਾਣ ਸਾਡੀ ਗੌਰ ਕੋੜਾ ਖਿਲਪੂਗਾ ਅੱਖੇ ਕੌਣ ਲੱਗੂ ਸਾਡੇ ਉਹਨਾਂ ਨੇ ਕੀ ਕੀਤਾ ਜੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਪਲਟਤਾ ਅੱਛਾ ਜੀ ਪਲਟਿਆ ਕਿਵੇਂ ਵੀ ਜਿਹੜਾ ਸੁਪਰੀਮ ਕੋਰਟ ਦੇ ਕਨਸਟੀਟਿਊਸ਼ਨਲ ਬੈਂਚ ਦਾ ਫੈਸਲਾ ਸੀ ਹੂੰ ਹੂੰ ਉਹਦੇ ਖਿਲਾਫ ਇੱਕ ਆਰਡੀਨੈਂਸ ਜਾਰੀ ਕਰਤਾ ਜੀ ਕਿ ਜਿਹੜਾ ਬਦਲਣ ਵਾਲਾ ਕੇਸ ਕੰਮ ਹੈ ਨਾ ਹੂੰ ਹੂੰ ਬਦਲਣ ਵਾਲੇ ਕੰਮ ਬਰ ਇੱਕ ਕਮੇਟੀ ਬਣਾਤੀ ਅੱਛਾ ਜੀ ਕਹਿੰਦੇ ਜੀ ਕਮੇਟੀ ਦਾ ਜਿਹੜਾ ਹੈਗਾ ਹੈੱਡ ਹੋਊਗਾ ਮੁੱਖ ਮੰਤਰੀ ਕੇਜਰੀਵਾਲ ਜੀ ਇੱਕ ਉਹਦੇ ਵਿੱਚ ਚੀਫ ਸੈਕਟਰੀ ਹੋਊਗਾ ਹੂੰ ਹੂੰ ਇਕਸ਼ਾਦ ਹੋਮ ਸੈਕਟਰੀ ਪਾਤਾ ਤਿੰਨੇ ਬੈਠਣਗੇ ਜੀ ਤਿੰਨੇ ਬੈਠ ਕੇ ਫੈਸਲਾ ਕਰਨਗੇ ਹੂੰ ਹੂੰ ਬਹੁਮਤ ਦਾ ਵੀਰਾ ਫੈਸਲਾ ਹੈ ਉਹ ਮੰਨਿਆ ਜਾਊਗਾ ਜੀ ਜੇ ਫਿਰ ਵੀ ਫੈਸਲੇ ਦੇ ਉੱਤੇ ਕਹਿੰਦੇ ਵੀ ਗੜਬੜ ਹੋ ਜਾ ਕੋਈ ਹੂੰ ਹੂੰ ਤਾਂ ਫਿਰ ਫਾਈਨਲ ਫੈਸਲਾ ਜਿਹੜਾ ਉਹ ਗਵਰਨਰ ਕਰੂਗਾ ਲੈਫਟੀਨੈਂਟ ਗਵਰਨਰ ਜੀ ਤੇ ਗੱਲ ਤਾਂ ਫਿਰ ਉੱਥੇ ਆ ਗਈ ਉੱਥੇ ਆ ਗਈ ਬਿਲਕੁਲ ਲੈਫਟੀਨੈਂਟ ਗਵਰਨਰ ਤਾਂ ਫਿਰ ਆਪਦੇ ਮੁਤਾਬਕ ਹੀ ਕਰੂਗਾ ਹੂੰ ਹੂੰ ਤੇ ਅਫਸਰ ਥਿਊ ਦੇ ਮੁਤਾਬਕ ਹੀ ਕਰਨੀ ਉਹ ਵੀ ਚੱਲਣਗੇ ਹਨੀ ਉਹਦਾ ਹੁਣ ਇਹ ਹੋਇਆ ਸਟਾਫ ਜਦੋਂ ਇਹ ਹੋ ਗਿਆ ਤੇ ਫਿਰ ਕੇਜਰੀਵਾਲ ਵਕਫਾ ਅਰੀਜਨਲ ਪਾਰਟੀਆਂ ਕੋਲੇ ਗਿਆ ਹਮ ਹ ਅਪੋਜੀਸ਼ਨ ਵਾਲੇ ਕੋਲੇ ਗਿਆ ਵੀ ਯਾਰ ਮੇਰੀ ਕਰੋ ਮਦਦ ਜੀ ਉਹਨੂੰ ਮਦਦ ਕਰਨ ਵਾਲੀ ਗੱਲ ਉਹਦਾ ਨਤੀਜਾ ਇਹ ਹੋਇਆ ਜਦੋਂ ਪਟਨੇ ਮੀਟਿੰਗ ਹੋਈ ਜੀ ਪਟਨੇ ਦੀ ਮੀਟਿੰਗ ਦੇ ਵਿੱਚ ਉਹਨੇ ਫੇਰ ਅੜਕਾੜਾਤਾ ਹਮ ਹ ਕਿ ਯਾਰ ਬਾਕੀ ਗੱਲ ਮਗਰੋਂ ਕਰਾਂਗੇ ਪਹਿਲਾਂ ਇਹ ਦੱਸੋ ਵੀ ਜਿਹੜਾ ਆਰਡੀਨੈਂਸ ਹੈ ਇਹ ਜਿਹੜਾ ਹੈਗਾ ਲੋਕਤੰਤਰ ਦੇ ਹੈਗਾ ਖਿਲਾਫ ਖਿਲਾਫ ਹਾਂਜੀ ਤੇ ਆਪਾਂ ਲੋਕਤੰਤਰ ਨੂੰ ਬਚਾਉਣਾ ਹੈ ਤੇ ਪਹਿਲਾਂ ਇਹਦਾ ਹੀ ਫੈਸਲਾ ਕਰ ਲੋ ਏਜੰਡੇ 'ਚ ਇਹਨੂੰ ਲਾ ਲੂ ਹਮ ਹ ਵੀ ਸਾਰੀਆਂ ਆਪੋਜੀਸ਼ਨ ਪਾਰਟੀਆਂ ਰਾਜ ਸਭਾ 'ਚ ਇਹਦਾ ਵਿਰੋਧ ਕਰਨਗੀਆਂ ਜੀ ਅਜੇ ਤੁਸੀਂ ਮੈਸਤਾ ਬੋਲਣਾ ਹੀ ਸੀ ਹਮ ਹ ਹੋਇਆ ਕੀ ਫਿਰ ਬੋਲ ਪਿਆ ਉਮਰ ਅਬਦੁੱਲਾ ਜੀ ਉਮਰ ਅਬਦੁੱਲਾ ਜੀ ਸਿੱਧਾ ਹੀ ਹੋ ਗਿਆ ਕਹਿੰਦਾ ਕੇਜਰੀਵਾਲ ਸਾਹਿਬ ਜੀ ਤਾਂ ਥੋੜੀ ਉਂਗਲੀ ਮਰੋੜੀ ਆ ਬਾਹ ਤਾਂ ਮਰੋੜੀ ਨਹੀਂ ਬਾਹ ਤਾਂ ਸਾਡੇ ਕੁਝ ਵੀ ਨਹੀਂ ਕੀਤਾ ਹਾਂ ਤੇ ਤੂੰ ਹਾਂ ਹੌਕੇ ਜੇ ਤੂੰ ਪਹਿਲਾਂ ਹੀ ਲੈਣ ਲੱਗੇ ਤੇ ਭਲੇਮਾਨ ਸਾਡੇ ਕਣੀ ਚ ਆ ਕੇ ਸਾਡਾ ਕੀ ਹੋਇਆ ਹਾਂ ਸਾਡੇ ਸਾਰੇ ਹੱਕ ਹਕੂਕੀ ਖੋਲੇ ਹਾਂ ਲੋਕਤੰਤਰ ਉਥੇ ਤਾਂ ਰਹਿਣ ਹੀ ਕੱਖ ਨਹੀਂ ਦਿੱਤਾ ਸਾਡੇ ਤਾਂ ਸੂਬਾ ਵੀ ਤੋੜ ਕੇ ਸੂਬਿਆਂ ਬਣਾ ਦਿੱਤਿਆ ਯੂਨੀਅਨ ਟੈਰੀਟਰੀਆਂ ਬਣਾ ਦਿੱਤਿਆ ਤੇਰੇ ਕੋਲੇ ਤਾਂ ਕਹਲਾਇਆ ਤੂੰ ਸਾਡ ਨੂੰ ਵੀ ਨਾ ਜੋਗਰਾ ਕਰਤਾ ਤੇ ਨਾਲ ਬੂਟਾਂ ਤਾਂ ਤੂੰ ਵੀ ਪਾਗੇ ਤੂੰ ਹੀ ਪਾਈਆਂ ਹਾਂ ਜੀ ਰਾਜ ਸਭਾ 'ਚ ਵੀ ਪਾਈਆਂ ਤੇ ਲੋਕ ਸਭਾ 'ਚ ਭਗਵੰਤ ਮਾਨ ਜੀ ਵੀ ਪਹੁੰਚੀ ਹੂੰ ਹੂੰ ਭਗਵੰਤ ਮਾਨ ਜੀ ਵੀ ਵਿੱਚ ਹੀ ਬੈਠੇ ਸੀ ਬਿਲਕੁਲ ਫਿਰ ਹਊ ਬੜਕੇ ਜੇ ਲਾਨ ਲੈ ਗਏ ਜੀ ਕੇਜਰੀਵਾਲ ਸਾਹਿਬ ਮੁੜ ਕੇ ਪ੍ਰੈਸ ਕਾਨਫਰੰਸ ਬੀਬੀ ਨੇ ਮਮਤਾ ਬੇਨ ਜੀ ਨੇ ਕਹਤੀ ਉਹ ਕਹਿੰਦੇ ਏਜੰਡਾ ਇਹ ਨਹੀਂ ਪਹਿਲਾਂ ਜੰਡੇ ਨਾਲ ਹੀ ਗੱਲ ਕਰਾਂਗੇ ਹੂੰ ਹੂੰ ਮੀਟਿੰਗ 'ਚ ਤਾਂ ਬੈਠੇ ਰਹੇ ਜੀ ਰਾਹੁਲ ਗਾਂਧੀ ਨੂੰ ਪਰੇਵੀ ਕਿਹਾ ਵੀ ਆ ਯਾਰ ਚਾਹ ਦੇ ਕੱਪ ਤੇ ਵੇਚ ਕੇ ਆਪਾਂ ਮਤਵੇ ਦੂਰ ਕਰ ਲਈਏ ਹੁਣ ਮਤਵੇ ਦੂ ਰਾਹੁਲ ਗਾਂਧੀ ਕਿ ਮੈਂ ਦੂਰ ਕਰ ਲੇ ਪ੍ਰਤਾਪ ਬਾਜਵਾ ਤੇ ਰਾਜਾ ਬੜਿੰਗ ਡਾਂਗਾ ਚੱਕੀ ਫਿਰਦੇ ਇਹਨਾਂ ਦੇ ਰਿੱਕੇ ਪਾਲੇ ਨਾ ਜੀ ਉਹ ਨਾ ਬੜਿੰਗ ਹੋ ਗਿਆ ਤੜੰਗਾ ਬੜਿੰਗ ਵੀ ਤੜੰਗ ਹੋ ਗਿਆ ਤੇ ਨਾਲ ਫਿਰ ਉਹ ਜਿਹੜਾ ਹੈਗਾ ਆਪਣਾ ਦਿੱਲੀ ਆ ਹਾਂਜੀ ਅਜੇ ਮੱਖਣ ਅਜੇ ਮੱਖਣ ਉਹ ਅਜੇ ਮੱਖਣ ਵੀ ਕਹਿੰਦਾ ਨਾ ਵੀ ਮੈਨੂੰ ਵੀ ਇਹ ਮਨਜ਼ੂਰ ਨਹੀਂਗਾ ਉਹ ਕਹਿੰਦਾ ਜੀ ਇਹ ਤਾਂ ਆਪਣੇ ਖਿਲਾਫ ਤਾਂ ਆਪਾਂ ਤੋਂ ਜਿਹੜੀ ਮਦਦ ਲੈ ਲਈ ਮੁੜ ਕੇ ਤਾਂ ਮੈਂ ਕਿਹਾ ਤੁਹਾਨੂੰ ਕਿਹਾ ਸੀ ਮਦਦ ਕਰੋ ਕੱਲ ਨੂੰ ਫਿਰ ਕਹਿ ਦੂਗਾ ਜੀ ਉਹ ਕਹਿੰਦੇ ਫਿਰ ਉਹਨਾਂ ਨੇ ਬਹਾਨਾ ਜਿਹਾ ਕਰ ਲਿਆ ਕਹਿੰਦੇ ਕੋਈ ਗੱਲ ਨਹੀਂ ਪਾਰਲੀਮੈਂਟ ਚ ਹੀ ਆਊਗਾ ਨਾ ਹੂੰ ਹੂੰ ਪਾਰਲੀਮੈਂਟ ਦੇ ਸੈਸ਼ਨ ਦੇ ਤੋਂ ਪਹਿਲਾਂ ਪੰਜ ਦੇ ਬਾਰੇ ਵਿਚਾਰ ਕਰ ਲਾਂਗੇ ਜੀ ਤੇ ਕੇਜਰੀਵਾਲ ਸਾਹਿਬ ਫਿਰ ਚੁੱਪ ਕਰਕੇ ਜੀ ਮਤਲ ਜਿਹੜੇ ਹੈਗੇ ਆ ਪੀਸੀ ਦੇ ਵਿੱਚ ਵੀ ਸ਼ਾਮਲ ਨਹੀਂ ਹੋਈ ਪ੍ਰੈਸ ਕਾਨਫਰੰਸ ਉਹਦੇ ਪਹਿਲਾਂ بار-ਬਾਰ ਹੀ ਆ ਗਏ ਨਾ ਨਾ ਬਾਰ-ਬਾਰ ਹੀ ਆ ਗਏ ਭਗਵੰਤ ਜੀ ਨੂੰ ਕਹਿੰਦੇ ਚਲ ਭਗਵੰਤ ਚਲਾਓ ਭਈ ਚਲਾਓ ਭਈ ਹਾਂ ਚਲ ਚਲੇ ਉੱਥੋਂ ਆ ਗਏ ਆ ਕਿਤੇ ਫਿਰ ਉਹਨੇ ਦੇਖਿਆ ਵੀ ਯਾਰ ਹੋਰ ਕੁਝ ਨਹੀਂ ਫਿਰ ਉਹਨੇ ਪਟੀਸ਼ਨ ਪਾਤੀ ਸੁਪਰੀਮ ਕੋਰਟ ਚ ਸਪਰੀਮ ਕੋਰਟ ਚ ਪਟੀਸ਼ਨ ਪਾਤੀ ਤੇ ਕੱਲ ਫਿਰ ਉਸ ਪਟੀਸ਼ਨ ਦੇ ਉੱਤੇ ਜਦੋਂ ਵਿਚਾਰ ਹੋਣ ਲੱਗੀ ਜੀ ਉਹ ਕਹਿੰਦੇ ਜੀ ਸਟੇ ਕਰ ਦਿਓ ਇਹਦੇ ਤੇ ਹਮ ਆਰਡੀਨੈਂਸ ਤੇ ਤੇ ਉਹ ਚੀਫ ਜਸਟਿਸ ਸਾਹਿਬ ਕਹਿੰਦੇ ਵੀ ਸਟੇ ਤਾਂ ਹੋ ਨਹੀਂ ਸਕਦਾ ਹਮ ਹਮ ਪਾਰਲੀਮੈਂਟ ਨੂੰ ਜਾਂ ਰਾਸ਼ਟਰਪਤੀ ਨੂੰ ਆਰਡੀਨੈਂਸ ਜਾਰੀ ਕਰਨ ਦਾ ਹੱਕ ਹੈ ਪਾਰਲੀਮੈਂਟ ਨੂੰ ਕਾਨੂੰਨ ਬਣਾਉਣ ਦਾ ਹੱਕ ਹੈ ਇਹ ਜਿਹੜਾ ਹੱਕ ਹੈ ਸੰਵਿਧਾਨ ਨੇ ਹੱਕ ਦਿੱਤਾ ਇਹਦੇ ਉੱਤੇ ਅਸੀਂ ਸਟੇ ਕਿਵੇਂ ਕਰਦੀ ਆਪਾਂ ਕਹਿੰਦੇ ਵਿਚਾਰ ਉਹ ਐ ਕਰਦੇ ਆ ਵੀ ਨੋਟਿਸ ਜਾਰੀ ਕਰ ਦਨੇ ਆ ਉਹਨਾਂ ਦਾ ਪੱਖ ਲੈ ਲੈਨੇ ਉਦੋਂ ਬਾਅਦ ਸੋਚਾਂਗੇ ਜੀ ਫਿਰ ਇਹਦੇ ਤੇ ਅਬ ਸ਼ੇਖ ਮਨੂ ਸਿੰਘ ਵੀ ਤੁਹਾਨੂੰ ਪਤਾ ਵੀ ਬਹੁਤ ਤਿੱਖਾ ਵਕੀਲ ਹੈ ਹੂੰ ਹੂੰ ਉਹ ਕਹਿੰਦਾ ਸਰ ਨਹੀਂ 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 ਇਹ ਠੀਕ ਹੈ ਕਿ ਕਾਨੂੰਨ ਹੈ ਹੂੰ ਹੂੰ ਉਹਨਾਂ ਦੇ ਕੋਲੇ ਰਾਈਟ ਹੈ ਕਨਸਟੀਟਿਊਸ਼ਨ ਦੇ ਵਿੱਚ ਇਹ ਪ੍ਰਬੰਧ ਹੈ ਪਰ ਇੱਥੇ ਤਾਂ ਕਹਿੰਦੇ ਗੱਲ ਹੋਰ ਹੋਗੀ ਅੱਛਾ ਜੀ ਉਹ ਕਹਿੰਦੇ ਵੀ ਕੀ ਗੱਲ ਹੋਗੀ ਹੂੰ ਹੂੰ ਉਹ ਕਹਿੰਦੇ ਗੱਲ ਇਹ ਹੈ ਕਿ ਸੁਪਰੀਮ ਕੋਰਟ ਦੇ ਕਨਸਟੀਟਿਊਸ਼ਨ ਬੈਂਚ ਨੇ ਜਿਹੜਾ ਫੈਸਲਾ ਸੁਣਾਇਆ ਹੈ ਅੱਛਾ ਜੀ ਉਸ ਫੈਸਲੇ ਨੂੰ ਉਲਟਾਇਆ ਹੈ ਹੂੰ ਹੂੰ ਤੇ ਉਹਦੇ ਖਿਲਾਫ ਜਿਹੜਾ ਹੈਗਾ ਬੰਦਾ ਕੋਈ ਵੀ ਹੈ ਜਿਹਨੂੰ ਕਨਸਟੀਟਿਊਸ਼ਨ ਦੀ ਮੂਲ ਭਾਵਨਾ ਦੀ ਉਲੰਘਣਾ ਹੁੰਦੀ ਹੋਵੇ ਤੇ ਸੁਪਰੀਮ ਕੋਰਟ ਜਾ ਸਕਦਾ ਹੈ ਜੀ ਕਈ ਕਾਨੂੰਨ ਇਹੋ ਜਿਹੇ ਬਣੇ ਸੀ ਜਿਹੜੇ ਕਨਸਟੀਟਿਊਸ਼ਨ ਦੇ ਉਲਟ ਸੀ ਉਲਟ ਸੀਗੇ ਤੇ ਉਹ ਕਹਿੰਦੇ ਜੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਵੀ ਰੱਦ ਕਰਤਾ ਫਿਰ ਚੰਦਰਾ ਚੂਟ ਸਾਹਿਬ ਵੀ ਸੋਚਣ ਲੱਗੇ ਯਾਰ ਗੱਲ ਤਾਂ ਠੀਕ ਹੈ ਹੂੰ ਉਹਦੇ ਵੀ ਠੀਕ ਹੈ ਸੁਣਦੇ ਜ਼ਰੂਰ ਆਪਾਂ ਉਹਨਾਂ ਨੂੰ ਆ ਸੁਣੀਏ ਤਾਂ ਸਹੀ ਸੁਣੀਏ ਤਾਂ ਸਹੀ ਨਾ ਉਹਨਾਂ ਨੇ ਕੀ ਕਹਿਣਾ ਜਵਾਬ ਉਹਨਾਂ ਨੂੰ ਵੀ ਦੇਣ ਤੇ ਉਹਨਾਂ ਨੂੰ ਕਹਿ ਲਿਓ ਜੀ ਤੁਸੀਂ ਜੋ ਜਵਾਬ ਸਾਰਿਆਂ ਨੂੰ ਕਹਿੰਦੇ ਜੀ ਕਿਸੇ ਨੂੰ ਹੋਰ ਵੀ ਦੇਣਾ ਤੇ 16 ਤਾਰੀਖ ਤੱਕ ਦੇ ਦਿਓ 17 ਜੁਲਾਈ ਤੋਂ ਕਹਿੰਦੇ ਜੀ ਫਿਰ ਆਪਾਂ ਸੁਣਵਾਈ ਸ਼ੁਰੂ ਕਰਾਂਗੇ ਤੇ ਹੁਣ ਸੁਣਵਾਈ ਡੇਲੀ ਹੋਊ ਡੇਲੀ ਹੋਊਗੀ ਇੱਕ ਦੋ ਦਿਨ ਛੱਡ ਕੇ ਵੀ ਸ਼ਾਇਦ ਸੋਮਵਾਰ ਤੇ ਸ਼ੁੱਕਰਵਾਰ ਜਿਹੜੇ ਉਹਨਾਂ ਦੇ ਮਤਲਬ ਮਜਬੂਰੀ ਹੁੰਦੀ ਹੈ ਸੁਪਰੀਮ ਕੋਰਟ ਦੀ ਬਾਕੀ ਕਹਿੰਦੇ ਫਿਰ ਇਹਦੇ ਤੇ ਖੁੱਲੀ ਖੇੜੀ ਚਲਾਵਾਂਗੇ ਆਪਾਂ ਖੁੱਲਕੇ ਕਰਾਂਗੇ ਇਹ ਤੇ ਗੱਲ ਹੂੰ ਹੂੰ ਇਹ ਹੁਣ ਆਪਾਂ ਵੇਖਣਾ ਵੀ ਭਵਿੱਖ ਦੇ ਗਰਭ ਦੇ ਵਿੱਚ ਆ ਵੀ ਸੁਪਰੀਮ ਕੋਰਟ ਕੀ ਫੈਸਲਾ ਲੈਂਦੀ ਹੈ ਜੱਜ ਸਾਹਿਬਾਨ ਉੱਥੇ ਤਰੇਲੀਆਂ ਆ ਜਾਂਦੀਆਂ ਨੇ ਜੀ ਜੀ ਤਰੇਲੀਆਂ ਦਾ ਨੋਟਿਸ ਨਾਲ ਹੀ ਆ ਜਾਂਦੇ ਨੇ ਹਾਂ ਹਾਂ ਉੱਥੇ ਨੋਟਿਸ ਦੇ ਨਾਲ ਹੀ ਆ ਜਾਂਦੀ ਜੀ ਕਬਰੀ ਕਲਾਈ ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ वीराणू डीज़ल परवान पे 39 सेंट्स पर गैलन दी रिबेट दे रहे हैं मंथ दे आखिर ते चेक सीधा घर पे पहुंच जाएगा 25 एकड़ दिस कॉम्प्लेक्स चौहान साहब सुतरे शावर टायर शॉप ते रिपेयर शॉप भी जल्दी शुरू होन गे देसी क्यों दे तड़के वाला प्योर पंजाबी वेज ते नॉन वेज खाना फिर किते और क्यों जाना रिफ्रेश ट्रैवल प्लाजा टीए मडेरा एग्जिट 144 हाईवे 99 कॉल सचिन मलिक या रवि गरेवाल एट 5599647787 बहुत जल्द बेकर्सफील्ड भी खुल रहा है एक नया पायलट ट्रक स्टॉप 99 एंड टैफ्ट हाईवे ते बाय जी नवी डीडी 5

Nine six two two zero six six zero qtl because we care. ਪਪਾਂ ਜੀ ਪਿਆਲੀ ਕਪੜਿਆਂ ਦੀ ਤੇ ਸ਼ਾਪਿੰਗ ਹੋਗੀ ਲਾਜਵਾਬ ਪਰ ਜੁਐਲਰੀ ਕੀ ਥੋ ਲੈਣੀ ਹੈ ਫਿਕਰ ਨਾ ਕਰੋ ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾਂ ਰਹਿਣਗੇ ਨਹੀਂ ਕਿਉਂਕਿ ਏਸੀ ਜੁਐਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ ਔਰ ਤਾਂ ਮਰਦਾ ਬੱਚਿਆਂ ਦੇ 17 ਦੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵੈਰਾਈਟੀ ਇਨਹਦੇ ਸ਼ੋਅਰੂਮ 'ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ ਜਿੱਥੇ ਇਹ ਕੁੰਦਨ ਸੈੱਟ ਜੜਾਉ ਸੈੱਟ ਪੋਲਕੀ ਸੈੱਟ ਹੀਰੇ ਜੜੇ ਸੈੱਟ ਲਾਈਟ ਵੇਟ ਨੈਕਲੇਸ ਚੀ ਕੜੇ, ਚੂੜੀਆਂ, ਨਗਾਵਲੀਆਂ, ਸੋਣੀਆਂ, ਸੋਣੀਆਂ ਮੰਦਰੀਆਂ, ਝੁੰਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। ਏਸੀ ਜੁਐਲਰ ਸ਼ੱਟਲ ਵਿੱਚ ਹਰ ਹਫ਼ਤੇ ਨਵੀਂ ਸ਼ਿਪਮੈਂਟ ਆਉਂਦੀ ਹੈ। ਤੁਹਾਡੇ ਪਸੰਦ ਦੇ, ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫ਼ਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰਟ ਸੋਨੇ ਦੇ ਬਿਸਕਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 104th ਐਵੇਨਿਊ ਸਾਊਥ-ਈਸਟ ਕੈਂਟ। ਓਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆਹ ਜਿਹੜੀ ਤੂੰ ਟਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ

ਨੰਬਰ 661 797 2354 ਸੋ ਪ੍ਰੋਗਰਾਮ ਸ਼ਮਤਾਂ ਦੇ ਵਿੱਚ ਤੁਹਾਡਾ ਮੁਰਤੋਂ ਸਵਾਗਤ ਹੈ ਜਿਹੜੇ ਵੀ ਸਾਡੇ ਨਾਲ ਹੁਣੇ-ਹੁਣੇ ਜੁੜੇ ਨੇ ਉਹਨਾਂ ਨੂੰ ਗੁਜ਼ਾਰਿਸ਼ ਤੁਸੀਂ ਰੇਡੀਓ ਪੰਜਾਬ ਟੂਡੇ ਦੀ ਐਪ ਵੀ ਵੱਧ ਤੋਂ ਡਾਊਨਲੋਡ ਕਰੋ ਤੇ ਜਿਹੜਾ ਫੇਸਬੁੱਕ ਪੇਜ ਅਤੇ YouTube ਚੈਨਲ ਹੈ ਉਹਨੂੰ ਵੀ ਵੱਧ ਤੋਂ ਵੱਧ ਸ਼ੇਅਰ ਤੇ ਆਪਣਾ ਲਾਈਕ ਜ਼ਰੂਰ ਕਰਾ ਕਰੋ ਤੇ ਅੱਜ ਸਭ ਬੜੀ ਮਾਣਮੱਤੀ ਖਬਰ ਆ ਰਹੀ ਹੈ ਜੀ ਸੈਨ ਹੋਜ਼ੇ ਤੋਂ ਕੈਲੀਫੋਰਨੀਆ ਤੋਂ ਜੀ ਕਹਿੰਦੇ ਪੱਟੀ ਪਰਿਵਾਰ ਜਿਹੜਾ ਹੈ ਰਾਇਬਲਾਰ ਪੱਟੀ ਹੋਰਾਂ ਦਾ ਉੱਥੇ ਮਾਨ ਸਤਕਾਰ ਜਿਹੜਾ ਕੀਤਾ ਗਿਆ ਕੀ ਹੈ ਜੀ ਦਾਨੀਲ ਸਿੰਘ ਸਾਹਿਬ ਮਾਨ ਸਤਕਾਰ ਤੋਂ ਪਹਿਲਾਂ ਮੈਂ ਥੋੜਾ ਜਿਹਾ ਜੇ ਆਪਾਂ ਆਪਣੇ ਪਿਛੋਕੜ ਵੱਲ ਨਿਗਾਹ ਮਾਰ ਗਏ ਜੀ ਅਸੀਂ ਉਸ ਸਿੱਖ ਭਾਈਚਾਰੇ ਨਾਲ ਸੰਬੰਧਤ ਆ ਜੀ ਜਿਸ ਸਿੱਖ ਧਰਮ ਦੀ ਬੁਨਿਆਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ ਜੀ ਔਰ ਗੁਰੂ ਨਾਨਕ ਦੇਵ ਜੀ ਆਪਣੇ ਸਮੇਂ ਦੇ ਹਾਕਮਾਂ ਦੇ ਨਾਲ ਦਸਤ ਪੰਜਾ ਲੈਦੇ ਰਹੇ ਜੀ ਇਤੀ ਮਾਰ ਪਈ ਕੁਰਲਾ ਨੇ ਜੀ ਤੇ ਕੀ ਦਰਦਨਾ ਆਇਆ ਜੀ ਜੇਦੋਂ ਉਹਨਾਂ ਨੇ ਇਹ ਲਫ਼ਜ਼ ਬੋਲੇ ਸੀ ਬਾਬਰ ਦੇ ਬਾਰੇ ਚ ਜੀ ਇਹਨਾਂ ਲਫ਼ਜ਼ਾਂ ਨੂੰ ਅੱਜ ਦੁਨੀਆ ਦੇ ਵਿੱਚ ਲੋਕ ਯਾਦ ਕਰਦੇ ਐ ਹੂੰ ਹੂੰ ਤੇ ਕੱਲੀ ਇਹਨੂੰ ਨੂੰ ਯਾਦ ਨਹੀਂ ਕਰਦੇ ਜੇ ਸਿੱਖ ਭਾਈਚਾਰੇ ਦੀ ਸਾਰੀ ਦੁਨੀਆ ਦੇ ਵਿੱਚ ਅਜ ਇੱਕ ਪੋਜੀਸ਼ਨ ਹੈ ਜੀ ਉਹ ਵੀ ਇਸ ਕਰਕੇ ਹੈ ਕਿ ਇਹ ਉਸ ਗੁਰੂ ਦੇ ਹੂੰ ਹੂੰ ਬਲਸ ਜੈ ਉਹਦੇ ਵਾਰਿਸ ਹੈ ਜੀ ਉਹਦੇ ਫਾਲੋਅਰ ਹੈ ਹੂੰ ਹੂੰ ਜਿਸ ਗੁਰੂ ਨੇ ਮਾਨਸ ਕੀ ਜਾਤ ਸਭ ਇਹ ਕਹੇ ਪਹਿਚਾਨੂ ਇਹ ਗੱਲ ਕਹੀ ਸੀ ਇਹ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਕਹੀ ਤੇ ਮੇਰਾ ਖਿਆਲ ਹੈ ਵੀ ਹੂੰ ਹੂੰ ਸਾਡੇ ਜਿਹੜੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੀ ਦੁਨੀਆ ਦੀ ਸਭ ਤੋਂ ਜੀ ਆਪਾਂ ਪਵਿੱਤਰ ਰਚਨਾ ਮੰਨੀਏ ਜਿਹਦਾ ਸਤਕਾਰ ਸਾਰੀ ਦੁਨੀਆ 'ਚ ਹੁੰਦਾ ਤਾਂ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਜੀ ਮੰਨਿਆ ਕਿ ਸਾਡੇ ਦੇਸ਼ ਦੇ ਵਿੱਚ ਕੁਝ ਅਜਿਹੀਆਂ ਨਾਖੁਸ਼ਗਵਾਰ ਘਟਨਾਵਾਂ ਹੋਈਆਂ ਜਿਨ੍ਹਾਂ ਨੇ ਸਿੱਖ ਭਾਈਚਾਰੇ ਨਹੀਂ ਸਮੁੱਚੇ ਪੰਜਾਬੀਆਂ ਦੇ ਹਿਰਦਿਆਂ ਨੂੰ ਬੁਲੁੰਦ ਰਿਆ ਪਰ ਮੇਰਾ ਖਿਆਲ ਹੈ ਵੀ ਦੁਨੀਆ ਦੀਆਂ ਵੱਖ-ਵੱਖ ਪਛਾਣਾਂ ਦੇ ਵਿੱਚ ਅਨੁਵਾਦ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਵੈਰ ਅਰਦੇਸ ਜੀ ਦੇਖਿਓ ਉਹ ਲੋਕ ਜੀ ਜਿਨ੍ਹਾਂ ਦਾ ਚੜਦੇ ਜਾਂ ਲੈਂਦੇ ਪੰਜਾਬ ਨਾਲ ਕੋਈ ਲਾਗਾ ਦੇ ਗਣਿ ਸੱਤ ਸਮੁੰਦਰੋਂ ਪਾਰ ਬੈਠੇ ਐ ਹੂੰ ਹੂੰ ਜਿਨ੍ਹਾਂ ਨੂੰ ਅਸੀਂ ਆਪਣੀ ਬਾਦਸ਼ਾਹ ਚ ਗੋਰੇ ਕੈਦ ਨੇ ਜੀ ਜੀ ਉਹ ਵੀ ਸਿੱਖ ਧਰਮ ਨੂੰ ਗ੍ਰਹਿਣ ਕਰਦੇ ਹੂੰ ਹੂੰ ਪਰ ਤੁਸੀਂ ਕੀਤਾ ਰਾਏ ਬੁਲਾਰ ਪੱਟੀ ਸਾਹਿਬ ਜੀ ਜ਼ਿਕਰ ਉਹਨਾਂ ਦਾ ਕੀਤਾ ਐ ਰਾਏ ਬੁਲਾਰ ਪੱਟੀ ਸਾਹਿਬ ਦਾ ਅਸੀਂ ਜਿਹੜੀ ਉਹਨਾਂ ਦਾ ਮਾਨ ਸਨਮਾਨ ਜਾਂ ਉਸ ਪਰਿਵਾਰ ਦਾ ਮਾਨ ਸਨਮਾਨ ਐ ਹੂੰ ਹੂੰ ਉਹਦਾ ਜੇ ਜ਼ਿਕਰ ਅੱਜ ਆਪਾਂ ਇੱਥੇ ਬੈਠੇ ਆਉਣ ਯਾਰ ਕਰਦੇ ਤੇ ਕਿਉਂ ਕਰ ਰਹੇ ਜੀ ਕਿਉਂਕਿ ਮੇਰੇ ਖਿਆਲ ਮੁਤਾਬਕ ਮੈਨੂੰ ਆਪਦੇ ਪੜਦਾਦੇ ਤੋਂ ਬਾਅਦ ਹਮਮ ਲਗੜਦਾਦੇ ਦਾ ਨਾਂ ਨਹੀਂ ਪਤਾ ਵੀ ਕੌਣ ਨਹੀਂ ਪਤਾ ਨਹੀਂ ਪਤਾ ਜੀ ਰਾਏ ਬੁਲਾਰ ਪੱਟੀ ਸਾਹਿਬ ਦੇ ਖਾਨਦਾਨ ਦੀ 19ਵੀਂ ਨਹੀਂ ਹੁਣ 20ਵੀਂ ਪੀੜੀ ਚੱਲ ਰਹੀ ਹੈ ਹਮਮ ਤੇ 20ਵੀਂ ਪੀੜੀ ਦਾ ਮਾਣ ਸੰਵਾਰਨ ਵੀ ਦੁਨੀਆ 'ਚ ਹੁੰਦਾ ਹੈ ਬਿਲਕੁਲ ਲੋਕ ਇਹ ਕਹਿੰਦੇ ਉਸ ਖਾਨਦਾਨ ਚੋਂ ਹੈ ਹਮਮ ਕਿਉਂ ਕਿ ਕਿਉਂਕਿ ਬੇਬੇ ਨਾਨਕੀ ਤੋਂ ਬਾਅਦ ਹਮਮ ਰਾਏ ਬੁਲਾਰ ਪੱਟੀ ਸਾਹਿਬ ਦੂਜੇ ਵਿਅਕਤੀ ਸੀ ਜੀ ਜਿਨ੍ਹਾਂ ਨੇ ਸਹਿਬ ਸ੍ਰੀ ਗੁਰੂ ਨਾਨਕਦੇਵ ਜੀ ਦੀ ਵਿਲੱਖਣ ਸ਼ਖਸੀਅਤ ਦੀ ਸ਼ਨਾਖਤ ਕੀਤੀ ਸੀ ਜੀ ਕਿਉਂਕਿ ਦੋ ਕੁ ਡਰਾਮਾ ਵਾਪਰਦਿਆਂ ਜਿਹੜੀਆਂ ਜਿੰਨੀ ਮੈਂ ਹਿਸਟਰੀ ਪੜ੍ਹੀ ਹੈ ਹੂੰ ਹੂੰ ਉਹ ਹੈ ਕਿ ਇੱਕ ਵਾਰੀ ਗੁਰੂ ਸਾਹਿਬ ਜਦੋਂ ਬਚਪਨ ਦੀ ਬਚਪਨ ਦੀ ਅਵਸਥਾ ਦੇ ਵਿੱਚ ਸੀਗੇ ਤੇ ਪਤਾ ਨਹੀਂ ਲੱਗਿਆ ਪਰਿਵਾਰ ਨੂੰ ਵੀ ਕਿੱਧਰ ਚਲੇਗੇ ਕਿੱਧਰ ਚਲੇਗੇ ਅੱਛਾ ਜੀ ਰਾਏ ਬਲਾਰ ਪੱਟੀ ਸਾਹਿਬ ਜਿਹੜੇ ਹੈਗੇ ਐ ਇਹਨਾਂ ਦੇ ਕੋਲੇ 36 ਹਜ਼ਾਰ ਏਕੜ ਜ਼ਮੀਨ ਸੀ ਜੀ ਤੇ ਮਹਿਤਾ ਕਾਲੂ ਜੀ ਇਹਨਾਂ ਦੇ ਪਰਿਵਾਰ ਦੇ ਬਹੁਤ ਕਰੀਬ ਸੀ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਦੇ ਪਿਤਾ ਜੀ ਸੀ ਮੈਤੇ ਉਹ ਤੋਂ ਵਪਾਰੀਆਂ ਨੂੰ ਵੱਡੇ ਵਪਾਰੀਆਂ ਦੇ ਜਾਂ ਜਿਹੜੇ ਜਿਹੜੇ ਲਿਖਣ ਪੜ੍ਹਨ ਵਾਲੇ ਬੰਦੇ ਹੁੰਦੇ ਸੀ ਉਹਨਾਂ ਨੂੰ ਕਹਿੰਦੇ ਹੁੰਦੇ ਔਰ ਉਹਨਾਂ ਦਾ ਪ੍ਰੇਮ ਦੋਨਾਂ ਦਾ ਬਹੁਤ ਜ਼ਿਆਦਾ ਸੀ ਜੀ ਉਹਨੇ ਜੋ ਜ਼ਿਕਰ ਕੀਤੀ ਕਿ ਨਾਨਕ ਨਹੀਂ ਲੱਭ ਰਿਹਾ ਹੂੰ ਹੂੰ ਕਹਿੰਦੇ ਵੀ ਚਲੋ ਚੱਲੀਏ ਖੇਤਾਂ ਨੂੰ ਤੁਰ ਪਏ ਹੂੰ ਕਹਿੰਦੇ ਵੀ ਇੱਕ ਥਾਂ ਦੇ ਉੱਤੇ ਕੋਹਰਾ ਸੱਪ ਜੀ ਫਾਣ ਦਾ ਤਾਣਿਆ ਹੋਇਆ ਉਹ ਐ ਖੜਾ ਹੈ ਜਿੱਦਰ ਨੂੰ ਧੁੱਪ ਧੁੱਪ ਹੁੰਦੀ ਹੈ ਧੁੱਪ ਦੇ ਨਾਲ ਦੀ ਨਾਲ ਉਹਨੂੰ ਰੋਕਿਆ ਧੁੱਪ ਨੂੰ ਗੁਰੂ ਸਾਹਿਬ ਦੇ ਚਿਹਰੇ ਨੂੰ ਛਾਂ ਦਿੰਦਾ ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਵੱਡੀ ਬਲੱਖਣ ਸ਼ਿਕਸ਼ੀਅਤ ਹੈ। ਹੂੰ ਹੂੰ। ਫਿਰ ਕਹਿੰਦੇ ਇਹ ਦੂਸਰੀ ਜਿਹੜੀ ਘਟਨਾ ਹੋਈ ਜੀ ਕਿ ਪਸ਼ੂ ਜਿਹੜੇ ਹੈਗੇ ਐ ਗੁਰੂ ਨਾਨਕ ਜੀ ਦੇ ਪਸ਼ੂ ਜਿਹੜੇ ਸੀ ਉਹ ਕਿਸੇ ਕਿਸਾਨ ਦੇ ਖੇਤ ਚ ਬੜ ਗਏ। ਉਹਨਾਂ ਨੇ ਜਾ ਕੇ ਨੁਕਸਾਨ ਕਾफी ਕਰਤਾ। ਹੂੰ ਹੂੰ। ਤੇ ਉਹ ਲੋਕ ਅਲਾਬਾ ਲੈ ਕੇ ਆ ਗਏ। ਜੀ। ਕਿਉਂਕਿ ਰਾਏ ਬਲਾਰ ਪੱਟੀ ਚੌਧਰੀ ਸੂਸ ਇਲਾਕੇ ਦਾ ਰਾਜਪੂਤ ਹੂੰ ਹੂੰ। ਵੱਡਾ ਬੰਦਾ ਸੀ ਉਹਦੇ ਕੋਲੇ ਆ ਗਏ ਕਹਿੰਦੇ ਜੀ ਸਾਡਾ ਨੁਕਸਾਨ ਹੋ ਗਿਆ। ਜੀ। ਉਹਨਾਂ ਨੇ ਜਿਹੜੀ ਉਹਨਾਂ ਦੇ ਆਪ ਦੇ ਨੇੜੇ ਤੇੜੇ ਜਿਹੜੇ ਉਹਨਾਂ ਦੇ ਮਿੱਤਰ ਪਿਆਰੇ ਜਾਂ ਉਹਨਾਂ ਦੇ ਹਲਕਾਰ ਸੀ ਉਹਨਾਂ ਨੂੰ ਕਹੇ ਕਹਿੰਦੇ ਵੀ ਜਾਓ ਜਾ ਕੇ ਨੁਕਸਾਨ ਦੇਖੋ ਕਿੰਨਾ ਖੋ ਗਿਆ ਹੂੰ ਹੂੰ ਅਸੈਸ ਕਰ ਲੋ ਵੀ ਕਿੰਨਾ ਕੁ ਨੁਕਸਾਨ ਹੋ ਗਿਆ ਇਹਨਾਂ ਦਾ ਤੇ ਆਪਾਂ ਉਹ ਨੁਕਸਾਨ ਦੀ ਪਰਪਾਈ ਕਰ ਦਿੰਨੀ ਹੈ ਜੀ ਪੂਰਤੀ ਕਰ ਦਿੰਨੀ ਹੈ ਤੇ ਜਦੋਂ ਦਾਨੀਅਲ ਗਿਆ ਜੀ ਕਹਿੰਦੇ ਖੇਤ ਗਏ ਹੂੰ ਹੂੰ ਜਿੱਥੇ ਅੱਜ ਕੱਲ ਗੁਰਦੁਆਰਾ ਖੇਰਾ ਸਾਹਿਬ ਹੈ ਜੀ ਉੱਥੇ ਗਏ ਤੇ ਉੱਥੇ ਫਸਲ ਜਿਹੜੀ ਹੈਗੀ ਹੈ ਪੂਰੀ ਤਰ੍ਹਾਂ ਲਹਿ ਲਹਿਰਾ ਰਹੀ ਹੈ ਕਹਿੰਦੇ ਜੀ ਕੁਝ ਵੀ ਨਹੀਂ ਹੋਇਆ ਹੂੰ ਹੂੰ ਫਿਰ ਉਹਨਾਂ ਨੇ ਕਿਹਾ ਵੀ ਇਹ ਤਾਂ ਬਹੁਤ ਵੱਡੀ ਸ਼ਕਤੀ ਹੈ ਜੀ ਤੇ ਦਾਨੀ ਵਾਲਿਆ ਸਭ ਫਿਰ ਉਸ ਖਾਨਦਾਨ ਨੇ ਹੂੰ ਹੂੰ 757 ਮਰਬੇ ਜੀ ਟੋਟਲ ਜਿਹੜੀ 36000 ਏਕੜ ਜ਼ਮੀਨ ਸੀ ਉਹਦੇ ਕੋਲੇ ਹੂੰ ਹੂੰ ਰਾਏ ਬੁਲਾਰ ਪੱਟੀ ਕੋਲੇ ਤੇ 7 757 ਮਰਬੇ 18000 ਹੂੰ 925 ਏਕੜ ਹੂੰ ਉਹ ਜਿਹੜੀ 9 ਨਾ ਗੁਣਾ ਕਰ ਲੋ ਨਾ ਸਿੱਧਾ ਹਿਸਾਬ ਆ ਬੱਸ ਬਸ ਉਹ ਇੰਨੇ ਏਕੜ ਬਣਦੇ ਮੈਂ ਦੇਖ ਕੇ ਆਇਆ ਕਿਉਂਕਿ ਮੈਂ ਪਾਕਿਸਤਾਨ ਗਿਆ ਸੀ ਉਥੇ ਲਿਖਿਆ ਹੋਇਆ ਹੂੰ ਹੂੰ ਉਹ ਜ਼ਮੀਨ ਜਿਹੜੀ ਉਹਨਾਂ ਨੇ ਜੀ ਉਹ দান ਕਰਤੀ ਤੇ ਰਾਏਪੋਏ ਦੀ ਤਲਵੰਡੀ ਜਿਹੜੀ ਸੀ ਜੀ ਉਹ ਰਾਏਪੋਏ ਦੀ ਤਲਵੰਡੀ ਦਾ ਨਾਂ ਨਨਕਾਣਾ ਸਾਹਿਬ ਤੇ ਆ ਜੀ ਆਪਾਂ ਨਹੀਂ ਕਹਿੰਦੇ ਕਿ ਬਾਬੇ ਨਾਨਕ ਨੇ ਉੱਥੇ ਬਾਬਾ ਨਾਨਕ ਤਾਂ ਟਿਕੇ ਨਹੀਂ ਟਿਕੇ ਨਹੀਂ ਬਾਬਾ ਨਾਨਕ ਸਾਹਿਬ ਗੁਰੂ ਅਰਜਨ ਦੇਵ ਜੀ ਚ ਪੈ ਗਿਆ ਅਰਜਨ ਦੇਵ ਜੀ ਉਹ ਤਾਂ ਲੋਕਾਂ ਦੇ ਨਾਲ ਵੈਸਾਂ ਚ ਪੈ ਗਿਆ ਹੂੰ ਹੂੰ ਔਰ ਉਹ ਜਿਹੜੀ ਹੈਗੀ ਆ ਜ਼ਮੀਨ ਜਿਹੜੀ ਉਹ ਬਾਬੇ ਨਾਨਕ ਦੇ ਨਾਂ ਤੇ ਅੱਜ ਵੀ ਹੈ ਜੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਕੁਝ ਸਾਡੇ ਸੋ ਕਾਲਡ ਵਿਦਵਾਨ ਹੂੰ ਹੂੰ ਉਹਨਾਂ ਵਿਦਵਾਨਾਂ ਨੇ ਇਸ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਈ ਕੱਦਰ ਨਹੀਂ ਬਾਕੀ ਜੀ ਬਿਲਕੁਲ ਮੈਂ ਦਾਨੀਅਲ ਗਿਆ ਸਭ ਦੋ ਵਾਰੀ ਪਾਕਿਸਤਾਨ ਚ ਗਏ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਗਿਆ ਸੀ ਜੀ ਉਸ ਵੇਲੇ ਆਪਣੇ ਕੁਝ ਮਿੱਤਰ ਹੈ ਬਾਹਰੋਂ ਵਿਦੇਸ਼ਾਂ ਦੇ ਵਿੱਚੋਂ ਤੇ ਉਹ ਜਿਹੜੇ ਪਾਕਿਸਤਾਨੋਂ ਵੀ ਗਏ ਸੀ ਹੂੰ ਹੂੰ ਤੇ ਉਹ ਜਿਹੜੇ ਮਹਿਮਾਨ ਸੀ ਪੱਟੀ ਪਰਿਵਾਰ ਦੇ ਜੀ ਮੇਰੇ ਨਾਲ ਟੈਲੀਫੋਨ ਤੇ ਉਹਨਾਂ ਦਾ رابطہ ਹੋਇਆ ਤੁਸੀਂ ਕਿੱਥੇ ਹੋ ਤੇ ਅਸੀਂ ਜਦੋਂ ਵਹਿਲੇ ਹੋ ਗਏ ਸੀ ਆਪਣੇ ਹੋਟਲ 'ਚ ਸੀ ਹੂੰ ਮੈਂ ਉਹਨਾਂ ਨੂੰ ਦੱਸਿਆ ਫੁਲਾਣੇ ਹੋਟਲ 'ਚ ਆ ਕਹਿੰਦੇ ਅਸੀਂ ਆਉਣੇ ਹੈ ਤੇ ਉਸ ਵੇਲੇ ਪੱਟੀ ਖਾਨਦਾਨ ਦੇ ਦੋ ਭਰਾ ਜੀ ਰਾਏ ਸੁਲੀਮ ਪੱਟੀ ਤੇ ਰਾਏ ਬਲਾਲ ਪੱਟੀ ਉਹਨਾਂ ਨੂੰ ਲੈ ਕੇ ਉੱਥੇ ਆਏ ਜੀ ਉੱਥੇ ਮੇਰੀ ਪਹਿਲੀ ਮੁਲਾਕਾਤ ਉਹਨਾਂ ਨਾਲ ਉਦੋਂ ਹੁੰਦੀ ਹੈ ਦੂਜੀ ਮੁਲਾਕਾਤ ਜਦੋਂ ਮੈਂ ਪਿੱਛੇ ਗਿਆ ਨਨਕਾਣਾ ਸਾਹਿਬ ਉਸ ਵੇਲੇ ਹੋਈ ਉਹਨਾਂ ਦੇ ਘਰ ਅਸੀਂ ਗਏ ਤੇ ਉਹਨਾਂ ਦੇ ਘਰ ਜਾ ਕੇ ਅਸੀਂ ਦੇਖਿਆ ਕਿ ਦੁਨੀਆ ਭਰ ਦਾ ਜਿਹੜਾ ਸਿੱਖ ਭਾਈਚਾਰਾ ਜੀ ਖਾਸ ਕਰਕੇ ਜਿਹੜੇ ਪੱਛਮੀ ਦੇਸ਼ਾਂ ਦੇ ਵਿੱਚੋਂ ਵਿਕਸਤ ਦੇਸ਼ਾਂ ਚੋਂ ਲੋਕ ਆਉਂਦੇ ਉਹ ਨਨਕਾਣਾ ਸਾਹਿਬ ਨੂੰ ਤਾਂ ਨਤਮਸਤਕ ਹੁੰਦੇ ਤੇ ਉਨੀ ਦੇਰ ਤੱਕ ਉਹ ਆਪਣੀ ਯਾਤਰਾ ਨੂੰ ਸਫਲ ਨਹੀਂ ਸਮਝਦੇ ਜਿੰਨੀ ਦੇਰ ਪੱਟੀ ਪਰਿਵਾਰ ਕੋਲੇ ਨਹੀਂ ਜਾਂਦੇ ਉਹ ਵੀ ਉੱਥੇ ਆਏ ਵੀ ਲੰਗਰ ਪਾਣੀ ਉਹਨਾਂ ਨੇ ਹਰੇਕ ਬੰਦੇ ਨੂੰ ਛ ਉਧਰ ਅੰਦਰ ਪ੍ਰਬੰਧ ਅਲੱਗ ਚੱਲਦੇ ਇਹਨਾਂ ਦਾ ਅਲੱਗ ਪੈਰਲਲ ਪ੍ਰਬੰਧ ਚੱਲਦਾ ਹੈ ਜੀ ਤੇ ਉੱਥੋਂ ਬੈਠਣ ਤੋਂ ਬਾਅਦ ਫਿਰ ਸਾਡੀ ਗੱਲਬਾਤ ਹੋਈ ਬਾਅਦ ਚ ਲਾਹੌਰ ਆਗੇ ਤੇ ਰਾਏ ਸਲੀਮ ਪੱਟੀ ਨੇ ਵੀ ਫੋਨ ਕੀਤਾ ਕਹਿੰਦਾ ਵੀ ਮੇਰੇ ਘਰੇ ਲੰਗਰ ਛਕਣਾ ਹੈ ਜੀ ਡਾਕਟਰ ਬਲਤੇਜ ਹੁਣੀ ਤੇ ਮੈਂ ਅਸੀਂ ਉੱਥੇ ਉਹਨਾਂ ਦੇ ਘਰੇ ਗਏ ਲੰਗਰ ਪਾਣੀ ਛਕੀ ਤੇ ਉੱਥੇ ਫਿਰ ਰਾਏ ਸਲੀਮ ਪੱਟੀ ਨੇ ਗਿਲਾ ਕੀਤਾ ਹੂੰ ਹੂੰ ਮੈਨੂੰ ਕਹਿੰਦੇ ਵੀ ਖੁਸ਼ ਤੁਹਾਡੇ ਜਿਹੜੇ ਵਿਦਵਾਨ ਹੈ ਜੀ ਉਹਨਾਂ ਨੇ ਯਾਰ ਸਾਨੂੰ ਬਹੁਤ ਬਧਰਾਮ ਕੀਤਾ ਉਹ ਕਹਿੰਦੇ ਜ਼ਮੀਨ ਦਾ ਜ਼ਮੀਨ ਵਾਲੇ ਮਾਮਲੇ ਚ ਮੈਂ ਕਿਹਾ ਵੀ ਕਿਵੇਂ ਉਹ ਕਹਿੰਦੇ ਵੀ ਉਹਨਾਂ ਨੇ ਇਹ ਕਹਿਤਾ ਵੀ ਜਿਹੜੀ ਹੈ ਨਹੀਂ ਉਹਨਾਂ ਦੇ ਖਾਨਦਾਨ ਨੇ ਇੱਕ ਕੇਸ ਕਰਤਾ ਸੁਪਰੀਮ ਕੋਰਟ 'ਚ ਤੇ ਉਸ ਕੇਸ ਦੇ ਰਾਹੀਂ ਇਹ ਕਿਹਾ ਜੀ ਵੀ ਸਾਡੇ ਜਿਹੜੇ ਬਜ਼ੁਰਗ ਹੈ ਨਾ ਉਹ ਮਾਨਸਿਕ ਤੌਰ ਤੇ ਠੀਕ ਨਹੀਂ ਸੀ ਰਾਏ ਬੁਲਾਰ ਪੱਟੀ ਹੋਰੀ ਤੇ ਉਹਨਾਂ ਨੇ ਜ਼ਮੀਨ ਨੂੰ ਐਵੇਂ দান ਕਰਤੀ ਸੀ ਤੇ ਜ਼ਮੀਨ ਸਾਨੂੰ ਸਾਨੂੰ ਵਾਪਸ ਕਰ ਦਿਓ ਜੀ ਇਹਨੂੰ ਵਿਦਵਾਨ ਬੜੇ ਚਟਕਾਰੇ ਲੈ ਲੈ ਕੇ ਲਿਖਦੇ ਵੀ ਹੈ ਤੇ ਬੋਲਦੇ ਵੀ ਹੈ ਹਮਮ ਤਾਂ ਮੈਨੂੰ ਨੇ ਸਵਾਲ ਕੀਤਾ ਸਲੀਮ ਸਾਹਿਬ ਨੇ ਜੀ ਕਹਿੰਦੇ ਮੈਨੂੰ ਇਹ ਦੱਸੋ ਵੀ ਪੰਜਾਬ ਜਿਹੜਾ ਲਹਿੰਦਾ ਤੇ ਚੜ੍ਹਦਾ ਪੰਜਾਬ ਹੈ ਜੀ ਭਾਰਤ ਤੇ ਪਾਕਿਸਤਾਨ ਇਹਨਾਂ ਦਾ ਪੁਰਾਣਾ ਕੈਦਾ ਕਾਨੂੰਨ ਤਾਂ ਇੱਕੋ ਹੀ ਸੀ ਕੋਈ ਸੀ ਹਾਂਜੀ ਅੱਜ ਵੀ ਕਹਦਾ ਕਾਨੂੰਨ ਉਹੀ ਚੱਲਦਾ ਹੈ ਦੋਨਾਂ ਦੇਸ਼ਾਂ 'ਚ ਜੀ ਦਾਨੀਲ ਸਿੰਘ ਜੀ ਆਪਣੇ ਕੇਸ ਖੂਬਸ ਬੜੇ ਹੁੰਦੇ ਆ ਆਪਾਂ ਫੌਜਦਾਰੀ ਕੇਸਾਂ 'ਚ ਵੀ ਪਏ ਆ ਤੇ ਸਿਵਲ 'ਚ ਵੀ ਸਿਵਲ 'ਚ ਜਦੋਂ ਕੋਈ ਤੁਸੀਂ ਜ਼ਮੀਨ ਜਾਇਦਾਦ ਦੇ ਨਾਲ ਕੇਸ ਦਾਇਰ ਕਰੋਗੇ ਸਿੱਧਾ ਸੁਪਰੀਮ ਕੋਰਟ 'ਚ ਹੀ ਹੁੰਦਾ ਨਹੀਂ ਹੋਈ ਨਹੀਂ ਸਰ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨਾਂ ਹੁੰਦੀਆਂ ਰਿੱਟਾਂ ਹੁੰਦੀਆਂ ਜਿਹੜਾ ਤੁਸੀਂ ਸਿਵਲ ਕੇਸ ਫਾਈਲ ਕਰੋਗੇ ਸਭ ਤੋਂ ਏਟਲੀ ਅਦਾਲਤ ਦੇ ਵਿੱਚ ਕਰੋਗੇ ਸਿਵਲ ਅਦਾਲਤ ਸਿਵਲ ਅਦਾਲਤ सिविल अदालत जो अगर ਤੁਹਾਡੇ ਤੁਹਾਨੂੰ ਕੋਈ ਇਨਸਾਫ ਨਹੀਂ ਮਿਲਦਾ ਫਿਰ ਤੁਸੀਂ ਅਪੀਲ ਚ ਜਾਓਗੇ ਸੈਸ਼ਨ ਕੋਰਟ ਚ ਹਮ ਹਮ ਸੈਸ਼ਨ ਕੋਰਟ ਚ ਤੁਹਾਨੂੰ ਕੋਈ ਨਹੀਂ ਮਿਲਦਾ ਤਾਂ ਫਿਰ ਜਾਓਗੇ ਹਾਈ ਕੋਰਟ ਚ ਜੀ ਅਗਰ ਹਾਈ ਕੋਰਟ ਚ ਵੀ ਤੁਹਾਡੀ ਸੁਣਵਾਈ ਨਹੀਂ ਹੁੰਦੀ ਤਾਂ ਫਾਈਨਲ ਸਟੇਜ ਜਿਹੜੀ ਹੈਗੀ ਹੈ ਸੁਪਰੀਮ ਕੋਰਟ ਹੈ ਜੀ ਮੈਨੂੰ ਰਾਏ ਸلیم ਭੱਟੀ ਸਾਹਿਬ ਕਹਿੰਦੇ ਵੀ ਮੈਨੂੰ ਇਹ ਦੱਸੋ ਕਿ ਕਿਸੇ ਵੀ ਅਦਾਲਤ ਦੇ ਵਿੱਚ ਕੇਸ ਚੱਲਿਆ ਹੋਵੇ ਹਮ ਹਮ ਜੇ ਕੇਸ ਸਾਡੇ ਖਾਨਦਾਨ ਨੇ ਕੀਤਾ ਹੋੂ ਕਿਸੇ ਅਦਾਲਤ ਵਿੱਚ ਤਾਂ ਚੱਲਿਆ ਹੋਵੇ ਸਾਰੇ ਪਾਕਿਸਤਾਨ ਚੋਂ ਲੱਭ ਕੇ ਦਿਖਾ ਦਿਓ ਜੀ ਨਣਕਾਣਾ ਸਭ ਚ ਲੈ ਕੇ ਦਿਖਾ ਦੇ ਮੈਂ ਕਹ ਜੀ ਗੱਲ ਤਾਂ ਠੀਕ ਹੈ ਕਿਉਂਕਿ ਆਪਾਂ ਜਾਣਦੇ ਆ ਕਾਨੂੰਨ ਬਾਰੇ ਮਾੜੀ ਮੋਟੀ ਇਹ ਨਹੀਂ ਵੀ ਆਪਾਂ ਮਾਹਰ ਆ ਪਰ ਆਪਣੇ ਤੇ ਕੇਸ ਪਏ ਤੇ ਆਪਾਂ ਲੜਦੇ ਰਹੇ ਆ ਜੀ ਮੈਂ ਕਹ ਜੀ ਠੀਕ ਆ ਮੈਨੂੰ ਕਹਦੇ ਵੀ ਗੱਲ ਇਹ ਆ ਵੀ ਸਾਡੇ ਨਾਲ ਬੇਇਨਸਾਫੀ ਹੋਈ ਹੈ ਮੈਂ ਕਹ ਜੀ ਚਲੋ ਉਹਨਾਂ ਨੇ ਬੇਇਨਸਾਫੀ ਕਰਤੀ ਕਰਨ ਵਾਲੇ ਨੇ ਪਰ ਤੁਹਾਡਾ ਇੱਜ਼ਤਮਾਨ ਫਿਰ ਉਹਨਾਂ ਨੇ ਇੱਕ ਦੂਸਰਾ ਗਿਲਾ ਕੀਤਾ ਮੇਰੇ ਮੂਰੇ ਉਹ ਕਹਿੰਦੇ ਗੱਲ ਇਹ ਆ ਕਿ 15 ਅਕਤੂਬਰ 2022 ਨੂੰ ਹੂੰ ਹੂੰ ਸਾਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸ਼ਾਮਲ ਹੋਣ ਵਾਸਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਦਾ ਪੱਤਰ ਜਾਂਦਾ ਹੈ। ਹੂੰ ਹੂੰ। ਕਿ ਰਾਏ ਬਲਾਰ ਭੱਟੀ ਸਾਹਿਬ ਦਾ ਜਿਹੜਾ ਹੈਗਾ ਹੂੰ ਹੂੰ ਐ ਜਿਹੜਾ ਉਹਨਾਂ ਦੀ ਤਸਵੀਰ ਹੈ। ਜੀ। ਉਹ ਸਿੱਖ ਜੈਬ ਕਰ ਚਲਾਉਣੀ ਹੈ। ਲਾਉਣੀ ਹੈ। ਅੱਛਾ ਜੀ। ਤੇ ਤੁਸੀਂ ਭਾਈ ਸਾਰਾ ਪਰਿਵਾਰ ਆਓ ਤੁਸੀਂ ਜ਼ਰੂਰ ਆਓ। ਹੂੰ ਹੂੰ। ਕਹਿੰਦੇ ਸਾਨੂੰ ਬੜਾ ਚਾਹ। ਵੀ ਅਸੀਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜਾਣੇ। ਜੀ। ਅਪਲਾਈ ਕਰਤਾ ਸਾਰੀਆਂ ਫਾਰਮੈਲਿਟੀਆਂ ਪੂਰੀਆਂ ਹੋ ਗਈਆਂ ਪਰ ਸਾਨੂੰ ਭਾਰਤ ਦੀ ਐਮਬੈਸੀ ਨੇ ਵੀ ਜਾਨਾ ਦਿੱਤਾ। ਮੈਂ ਬੜੀ ਹੈਰਾਨੀ ਨਾਲ ਪੁੱਛਿਆ ਮੈਂ ਕਿਹਾ ਬਾਬੇ ਮੈਂ ਤਾਂ ਬਾਬਾ ਹੀ ਕਹੂੰਗਾ ਬਾਬੇ ਨਾਨਕ ਦੇ ਇਤਰਾਮ ਉਹਨਾਂ ਨੂੰ ਰਾਏ ਬਲਾਰ ਭੱਟੀ ਸਾਹਿਬ ਦਾ ਵੀ ਉਹਨਾਂ ਦੀ ਤਸਵੀਰ ਲਾਉਣੀ ਸੀ ਤੁਹਾਨੂੰ ਉੱਥੇ ਵੀ ਜਾਨੀ ਮਿਲੇ ਉਹ ਕਹਿੰਦੇ ਜੀ ਫਿਰ ਮੈਨੂੰ ਸਲੀਮ ਜੀ ਜੀ ਹੋਰ ਦੱਸਿਆ ਹੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਵਾਰ ਅਸੋਸੀਏਸ਼ਨ ਨੇ ਕਹਿੰਦੇ ਮੈਨੂੰ ਸੱਦਾ ਦਿੱਤਾ ਕਿਉਂਕਿ ਨਾਮਰ ਵਕੀਲ ਵੀ ਹੈ ਨਾ ਨਾਮਰ ਵਕੀਲ ਵੀ ਹੈਗੇ ਨਹੀਂ ਉਹ ਕਹਿੰਦੇ ਮੈਨੂੰ ਹਾਂ ਉਹ ਕਹਿੰਦੇ ਮੈਨੂੰ ਉਹਨਾਂ ਨੇ ਸੱਦਾ ਦਿੱਤਾ ਵੀ ਤੁਸੀਂ ਆਓ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਵਾਰ ਅਸੋਸੀਏਸ਼ਨ ਹੈ ਜੀ ਏ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀਏ ਤੇ ਥੋੜੀ ਸ਼ਮੂਲੀਅਤ ਜ਼ਰੂਰੀ ਹੈ। ਹੂੰ ਹੂੰ। ਕਹਿੰਦੇ ਜੀ 2018, 2019, 2020 ਦੇ ਵਿੱਚ ਤਿੰਨ ਵਾਰੀ ਵੀਜ਼ਾ ਸਾਡਾ ਉਥੋਂ ਰਿਜੈਕਟ ਹੋ ਗਿਆ। ਮੈਂ ਕਿਹਾ ਜੀ ਕੋਈ ਗੱਲ ਨਹੀਂ ਤੁਹਾਨੂੰ ਤੁਹਾਡਾ ਵੀਜ਼ਾ ਭਾਵੇਂ ਤੁਹਾਨੂੰ ਨਹੀਂ ਦਿੱਤਾ ਪਰ ਤੁਹਾਡਾ ਮਾਨ ਸਨਮਾਨ ਹੈਗਾ। ਜੀ। ਹੁਣ ਦਾਨੇ ਵਾਲੀਆ ਸਭ ਜਿਹੜੀ ਆ ਤੁਸੀਂ ਜ਼ਿਕਰ ਕੀਤਾ ਹੈ। ਹੂੰ। ਕਿ ਕਹਲੇ ਆਪਣੇ ਤੁਹਾਡੇ ਅਮਰੀਕਾ ਦੇ ਵਿੱਚ ਜਿਹੜਾ ਬੀਅਰਿਆ ਕਹਿੰਦੇ ਨੇ। ਬੀਅਰਿਆ ਕਹਿੰਦੇ ਜਿਹੜਾ ਉੱਥੇ ਗੁਰੂ ਘਰ ਹੈ। ਹੂੰ ਹੂੰ। ਇਸ ਗੁਰੂ ਘਰ ਹੈ ਕਹਿੰਦੇ ਇੱਕ ਵੱਡਾ ਗੁਰੂ ਘਰ ਹੈ ਮੇਰੇ ਖਿਆਲ ਲੈਂਦੇ ਕਹਿੰਦੇ ਅਮਰੀਕਾ ਦੇ ਉਸ ਇਲਾਕੇ ਦਾ ਸਭ ਤੋਂ ਵੱਡਾ ਸਭ ਤੋਂ ਵੱਡਾ ਘਰ ਹੈ ਤੇ ਮੰਨਿਆ ਜਾਂਦਾ ਜੀ ਮੰਨਿਆ ਜਾਂਦਾ ਹੈ ਉੱਥੇ ਕਹਿੰਦੇ ਜੀ ਮਤਲਬ ਜਿਹੜਾ ਹੈਗਾ ਫਿਰ ਫਿਰ ਰਾਏ ਬੁਲਾਰ ਭੱਟੀ ਸਾਹਿਬ ਦੀ ਉਹ ਤਸਵੀਰ ਜਿਹੜੀ ਤਸਵੀਰ ਦਰਬਾਰ ਸਾਹਿਬ ਚ ਲੱਗੀ ਹੈ ਬਿਲਕੁਲ ਉਹਦੇ ਨਾਲ ਦੀ ਜੀ ਔਰ ਜੋ ਉਹਨਾਂ ਨੇ ਮਤਲਬ ਜੋ ਕੁਝ ਕੀਤਾ ਕਰਾਇਆ ਉਹਨਾਂ ਨਾਲ ਸੰਬੰਧ ਹੋਰ ਤਸਵੀਰਾਂ ਉਹ ਤਸਵੀਰਾਂ ਵੀ ਉੱਥੇ ਉਹਨਾਂ ਨੇ ਲਾਈਆਂ ਔਰ ਮਤਲਬ ਜਿਹੜੇ ਹੈਗੇ ਇੱਕ ਮਹਿਮਾਨ ਦੇ ਤੌਰ ਦੇ ਤੇ ਸ਼ਮੂਲੀਅਤ ਜੀ ਉਹਨਾਂ ਦੇ ਪਰਿਵਾਰ ਦੇ ਵਿੱਚ 19 ਵੀ ਜਿਹੜੀ ਉਹਨਾਂ ਦੀ ਅੰਸ ਹੈ ਹੂੰ ਹੂੰ ਵਾਰਸ ਹੈ 19 ਸਦੀ ਦੇ ਛੋਟਾ ਜੀ ਰਾਏ ਬਲਾਲ ਅਕਬਰ ਪੱਟੀ ਹਾਂ ਜੀ ਉਹਨਾਂ ਨੂੰ ਚੇਤੇ ਤੌਰ ਤੇ ਬੁਲਾਇਆ ਮੈਂ ਜਦੋਂ ਇਹ ਖਬਰ ਪੜ੍ਹੀ ਮੈਂ ਕਿਸੇ ਹੋਰ ਅਖਬਾਰ ਦੇ ਵਿੱਚ ਖਬਰ ਪੜ੍ਹੀ ਸੀ ਤੇ ਅੱਜ ਮੇਰੀ ਫਿਰ ਇਹਦੇ ਸਬੰਧ ਵਿੱਚ ਕਿਉਂਕਿ ਉਤਸੁਕਤਾ ਹੁੰਦੀ ਹੈ ਜਿਹੜੇ ਪਰਿਵਾਰ ਦੇ ਵਿੱਚ ਤੁਸੀਂ ਮੇਰੀ ਉਤਸੁਕਤਾ ਵਧੀ ਉਤਸੁਕਤਾ ਮੇਰੀ ਇਸ ਕਰਕੇ ਵੀ ਵਧੀ ਕਿ ਦੂਜੇ ਧਰਮ ਦੇ ਬੰਦੇ ਨੇ ਜੀ ਮੈਂ ਦਾਨਯਾੜੀਆ ਸਾਹਿਬ ਤੁਸੀਂ ਹੈਰਾਨ ਹੋਵੋਗੇ ਹੂੰ ਹੂੰ ਕਿਉਂਕਿ ਆਪਾਂ ਨੂੰ ਥੋੜਾ ਜਿਹਾ ਦਿਲਚਸਪੀ ਹੈ ਜੀ ਅ ਮੀਆਂ ਮੀਰ ਨੇ ਦਰਵਾਰ ਸਾਹਿਬ ਦਾ ਨਹੀਂ ਪੱਥਰ ਰੱਖਿਆ ਸੀ ਹੂੰ ਹੂੰ ਤੇ ਅਸੀਂ ਮੀਆਂ ਮੀਰ ਦੀ ਜਿਹੜੀ ਯਾਦਗਾਰ ਹੈ ਉੱਥੇ ਵੀ ਗਏ ਉੱਥੇ ਵੀ ਗਏ ਉੱਥੇ ਗਏ ਤੇ ਉੱਥੇ ਫਿਰ ਸਾਨੂੰ ਉਹਨਾਂ ਨੇ ਨਾ ਇੱਜ਼ਤ ਮਾਨ ਦਿੱਤਾ ਜਿਵੇਂ ਸਤਮਤ ਉਹ ਕਹਿੰਦੇ ਯਾਰ ਤੁਸੀਂ ਉਸ ਗੁਰੂ ਅਰਜਨ ਦੇਵ ਦੇ ਹੂੰ ਹੂੰ ਉਹਦੇ ਧਰਮ ਨਾਲ ਸੰਬੰਧਿਤ ਲੋਕ ਨੂੰ ਤੁਸੀਂ ਉਹਦੇ ਫਾਲੋਅਰ ਹੈ ਹੂੰ ਹੂੰ ਤੇ ਸਾਡੇ ਮੀਆਂ ਮੀਰ ਜੀ ਨੇ ਤਾਂ ਕਹਿੰਦੇ ਜਦੋਂ ਗੁਰੂ ਸਾਹਿਬ ਨੂੰ ਤਤੀਆਂ ਤਵੀਆਂ ਤੇ ਬਹਾ ਕੇ ਸਜ਼ਾ ਦਿੱਤੀ ਜਾ ਰਹੀ ਸੀ ਤੇ ਉਹਨੇ ਤਾਂ ਇਹ ਪੇਸ਼ਕਸ਼ ਕਰਤੀ ਸੀ ਕਿ ਗੁਰੂ ਸਾਹਿਬ ਤੁਹਾਡਾ ਹੁਕਮ ਚਾਹੀਦਾ ਕਰਦੇ ਆਂ ਉਲਟਾ ਦਿਆਂ ਸਭ ਕੁਝ ਹੂੰ ਹੂੰ ਉਹ ਜੰਗ ਕਰਨ ਵਾਸਤੇ ਤਿਆਰ ਹੋ ਗਏ ਸੀ ਤੇ ਗੁਰੂ ਸਾਹਿਬ ਨੇ ਕਹਿ ਸੀ ਤੇਰਾ ਪਾਣਾ ਮਿੱਠਾ ਲੱਗ ਸੋ ਜਿਹੜੀ ਇਸ ਕਿਸਮ ਦੀ ਜਿਹੜੀ ਇਹ ਪ੍ਰਾਪਤੀ ਹੈ ਬਹੁਤ ਵੱਡੀ ਪ੍ਰਾਪਤੀ ਹੈ ਤੇ ਵੱਡੇ ਉਚੇਚੇ ਤੌਰ ਤੇ ਦਾਨੀ ਲਿਆ ਸਭ ਨੂੰ ਧੰਨਵਾਦ ਕਰਨਾ ਪਣਦਾ ਮੈਨੂੰ ਜਦੋਂ ਰਾਇਵਲਰ ਪੱਟੀ ਨੇ ਦੱਸਿਆ ਕਿ ਕੌਣ ਕੌਣ ਉੱਥੇ ਸੱਜਣ ਨਾਲ ਸੀ ਜੀ ਜਿਨ੍ਹਾਂ ਲੋਕਾਂ ਨੇ ਉੱਥੇ ਉਹਨਾਂ ਦੀ ਮਤਲਬ ਮਦਦ ਕੀਤੀ ਜਾਂ ਜਿਹੜਾ ਇਹ ਕੰਮ ਜਿਹੜਾ ਕਾਰਜ ਹੈ ਇਹਨੂੰ ਸੇਰੇ ਚੜਨ ਦਾ ਹਾਂ ਉਹਦੇ ਵਿੱਚ ਜਿਹੜੀ ਹੈਗੀ ਹੈ ਜੀ ਕਹਿੰਦੇ ਜਿਹੜੀ ਗੁਰਦੁਆਰਾ ਸਾਹਿਬ ਜਿਹੜੀ ਹੈਗੀ ਹੈ ਇਹ ਕੈਲੀਫੋਰਨੀਆ ਦੇ ਸ਼ਹਿਰ ਸੈਨ ਹੁਜ਼ੋ ਦੀ ਗੁਰਦੁਆਰਾ ਸਾਹਿਬ ਦੀ ਤਸਵੀਰ ਲਵਾਈ ਲਵਾਈ ਗਈ ਹੈ ਤੇ ਇਹਨੂੰ ਜਿਹੜਾ ਹੈਗਾ ਸਥਾਪਿਤ ਕਰਨ ਦੇ ਵਿੱਚ ਜਿਹੜੀ ਉੱਥੋਂ ਦੀ ਕਮੇਟੀ ਹੈ ਜੀ ਗ੍ਰੇਟਰ ਸਨਸਾਇਟੀ ਦੁਆਰਾ ਸਥਾਪਿਤ ਕੀਤਾ ਗਿਆ ਹੈ ਗੁਰੂ ਨਾਨਕ ਸੁਸਾਇਟੀ ਆਫ ਗ੍ਰੇਟਰ ਸਨਸਾਇਟੀ ਜੀ ਔਰ ਇਹਦੇ ਜਿਹੜੇ ਹੈਗੇ ਹੈ ਜਿਹੜੇ ਸੱਜਣ ਉੱਥੇ ਸੀ ਮੌਕੇ ਦੇ ਉੱਤੇ ਉਹਨਾਂ ਦੇ ਵਿੱਚ ਮੈਡਮ ਨਿੱਕੀ ਗਰੇਵਾਲ ਜੀ ਪ੍ਰੀਤਮ ਸਿੰਘ ਗਰੇਵਾਲ ਔਰ ਕੁਝ ਲੋਕ ਹੋਰ ਹੈਗੇ ਜਿਹੜੇ ਉਹ ਰਾਇਵਲਰ ਪੱਠੀ ਸਾਹਿਬ ਨੇ ਦੱਸਿਆ ਸੀ ਉਹਨਾਂ ਨੇ ਕਿਹਾ ਵੀ ਆਪਣਾ ਰਾਇਕੁਨਮ ਪੱਠੀ ਨੇ ਸੌਰੀ ਮੇਰਾ ਰਾਇਵਲਰ ਪੱਠੀ ਸਾਹਿਬ ਕਹਿ ਗਿਆ ਬੌਬ ਢੱਲੋਂ ਪ੍ਰੈਜ਼ੀਡੈਂਟ ਹੈ ਜੀ ਔਰ ਜਿਹੜੇ ਪ੍ਰੀਤਮ ਸਿੰਘ ਹੈਗੇ ਇਹ ਜਨਰਲ ਸਕੱਟਰੀ ਹੈ ਡਾਕਟਰ ਗੁਰਿੰਦਰਪਾਲ ਸਿੰਘ ਵਾਈਸ ਪ੍ਰੈਜ਼ੀਡੈਂਟ ਜੀ ਇਹ ਜਿਹੜੇ ਉੱਥੋਂ ਹੈਗੇ ਸਾਰੇ ਇਹਨਾਂ ਨੇ ਤੇ ਦਾਨਵਾਲੀਆ ਸਾਹਿਬ ਬਹੁਤ ਤਸੱਲੀ ਹੋਈ ਹੈ ਇਸ ਗੱਲ ਦੀ ਜੀ ਵੀ ਕਟੋ-ਕਟ ਜਿਹੜੇ ਹੈਗੇ ਜਿਨ੍ਹਾਂ ਨੇ ਸਾਡੇ ਗੁਰੂ ਦਾ ਐਡਾ ਮਾਨਤਨ ਵਧਾਇਆ ਤੇ ਗੁਰੂ ਦੀ ਸ਼ਨਾਖਤ ਕੀਤੀ ਸੀ ਉਸ ਮਾਨਨੇ ਦੇ ਵਿੱਚ ਜੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੁਣ ਤੁਸੀਂ ਦੇਖੋ ਮੀ ਆ ਰਹੇ ਐ ਮੀ ਆ ਰਹੇ ਐ ਐਸ ਵੇ ਤੁਸੀਂ ਦੇਖੋ ਹੜਾ ਰਹੇ ਐ ਦੁਨੀਆ ਦੇ ਵਿੱਚ ਜਿੱਥੇ ਵੀ ਮੀ ਹੜ੍ਹ ਹੁੰਦੇ ਤੇ ਉੱਥੇ ਦਸਤਾਰ ਧਾਰੀ ਲੋਕ ਜਾ ਕੇ ਲੰਗਰ ਲਾਉਂਦੇ ਕੌਣ ਕਹਿੰਦੇ ਆ ਕਹਿੰਦੇ ਜੀ ਇਹ ਗੁਰੂ ਨਾਨਕ ਦੇਵ ਜੀ ਦੇ ਅਨਸ ਚੋਂ ਐ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਦੀ ਉਸ ਵੇਲੇ ਮਤਲ شناخت ਕੀਤੀ ਤੇ ਉਹਨਾਂ ਦੇ ਨਾਲ ਖੜੇ ਜੀ ਉਹਨਾਂ ਦੀ ਜੇ ਐਡੀ ਵੱਡੀ ਮਤਲ ਉਸ ਮਹਿਮਾ ਹੁੰਦੀ ਹੈ ਅਸੀਂ ਅਸੀਂ ਧੰਨਵਾਦ ਕਰਦੇ ਆ ਉਸ ਕਮੇਟੀ ਦਾ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਤੇ ਕੰਗ੍ਰੈਚੁਲੇਟ ਕਰਦੇ ਆ ਪੱਟੀ ਪਰਿਵਾਰ ਨੂੰ ਕਿ ਤੁਸੀਂ ਆਪਣੇ ਜਿਹੜੇ ਹੈਗੇ ਬਜ਼ੁਰਗ ਦੀ ਵਿਰਾਸਤ ਨੂੰ ਉਸ ਵਿਰਸੇ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਹਮਮ ਔਰ ਅਬਦਾਨ ਵਾਲੀ ਸਭ ਜੀ ਤੂੰ ਗੱਲ ਕਰਦੇ ਆ ਨਾ ਉਹ ਹਾਲਾਂਕਿ ਉਹਨਾਂ ਨੂੰ ਪਤਾ ਹੈ ਮੇਰੇ ਦਾੜੀ ਕੇਸ ਇਕੱਠੇ ਹੈ ਮੈਂ ਉਹਨਾਂ ਦੇ ਘਰ ਜਾ ਕੇ ਆਇਆ ਜੀ ਜੀ ਜਦੋਂ ਗੱਲ ਕਰਨਗੇ ਉਹ ਕਹਿੰਨਗੇ ਸਰਦਾਰ ਸਾਹਿਬ ਸਰਦਾਰ ਸਾਹਿਬ ਬਿਲਕੁਲ ਸਰਦਾਰ ਸਾਹਿਬ ਇਹ ਆਪਣੇ ਆਪ ਚ ਇੱਕ ਬਹੁਤ ਸਾਡੇ ਲਈ ਬੜੀ ਮਾਨ ਦੀ ਗੱਲ ਹੈ ਤੇ ਉਹਨਾਂ ਲਈ ਵੀ ਮਾਨ ਦੀ ਗੱਲ ਹੈ ਜੀ ਤੇ ਹੁਣ ਆਪਾਂ ਦੱਖਣੀ ਭਾਰਤ ਵੱਲ ਨੂੰ ਹੋ ਜਾਈਏ ਜੀ ਹਾਂਜੀ ਐਮ ਕੇ ਸਟਾਲਨ ਹੋਰੇ ਕਹਿੰਦੇ ਜੀ ਮਗਰੋਂ ਲਾਓ ਸਾਡਾ ਜਿਹੜਾ ਇੱਥੇ ਤੁਸੀਂ ਭੇਜਿਆ ਕਾਰਨਰ ਕਹਿੰਦੇ ਰਾਸ਼ਟਰਪਤੀ ਸਾਹਿਬ ਜਾਨਣੜਗੇ ਸਭ ਨੂੰ ਕਰਨ ਕੀ ਉਹ ਜਿਹੜੀ ਪੁਰਾਣੀ ਸਰਕਾਰ ਸੀਗੀ ਪਹਿਲਾਂ ਹੁੰਦੀ ਅ ਅਨੰਦ ਗਿਮਕੇ ਦੀ ਸਰਕਾਰ ਉਸ ਸਰਕਾਰ ਦੇ ਕੁਝ ਲੀਡਰਾਂ ਦੇ ਖਿਲਾਫ ਕ腐ਸ਼ਨ ਦੇ ਇਲਜ਼ਾਮ ਸੀ ਜੀ ਤੇ ਇਹਨਾਂ ਨੇ ਜਿਹੜੀ ਐਮ ਕੇ ਸਟਾਲਨ ਸਾਹਿਬ ਦੀ ਸਰਕਾਰ ਨੇ ਪਰਵਾਨਗੀ ਮੰਗਦੀ ਹੂੰ ਹੂੰ ਇਨ ਜਿਹੜੀ ਉਹ ਪੜਤਾਲ ਕਰਨੀ ਹੈ ਜੇ ਵਜੀਰਾਂ ਦੇ ਖਿਲਾਫ ਜਿਹੜੇ ਪਾਵਰ ਚ ਹੋਏ ਹੋਣ ਉਹਨਾਂ ਦੇ ਖਿਲਾਫ ਤੇ ਰੈਗੂਲਰ ਇਨਕੁਆਰੀ ਤੁਸੀਂ ਸ਼ੁਰੂ ਕਰਨੀ ਤੇ ਤੁਹਾਨੂੰ ਪ੍ਰਵਾਨਗੀ ਲੈਣੀ ਪੈਂਦੀ ਹੈ ਜਾਂ ਇਨਕੁਆਰੀ ਕਰ ਲਈ ਤੁਸੀਂ ਚਾਰ ਸ਼ੀਟ ਜੈਰ ਕਰਨੀ ਹੈ ਚਲਾਨ ਪੇਸ਼ ਕਰਨਾ ਹੈ ਉਹਦੇ ਵਾਸਤੇ ਵੀ ਤੁਹਾਨੂੰ ਜਿਹੜੀ ਹੈਗੀ ਸੈਂਕਸ਼ਨ ਲੈਣੀ ਪੈਂਦੀ ਹੈ ਪ੍ਰਵਾਨਗੀ ਲੈਣੀ ਪੈਂਦੀ ਉਹ ਕਹਿੰਦੇ ਜੀ ਅਸੀਂ ਪ੍ਰਵਾਨਗੀ ਵਾਸਤੇ ਕੇਸ ਪੇਸ਼ ਦੇਵਾਂ ਤਾਂ ਸਾਡੇ ਕਹਿੰਦੇ ਦੱਬੀ ਬੈਠੇ ਉਹਦੀ ਪ੍ਰਵਾਨਗੀ ਨਹੀਂ ਦੇ ਇੱਕ ਉਹਨਾਂ ਦਾ ਬਿਜਲੀ ਮੰਤਰੀ ਸੀ ਜੀ ਉਹ ਬਿਜਲੀ ਮੰਤਰੀ ਦੇ ਖਿਲਾਫ ਕੋਈ ਪੁਰਾਣੀ ਫਿਰਦੀ ਸੀ ਕਿ ਇਨ ਸ਼ਿਕਾਇਤ ਸਕੂਤ ਫਿਰਦੀ ਸੀ ਉਦੇ ਆਧਾਰ ਤੇ ਜੀ ਈਡੀ ਵਾਲੇ ਨੇ ਕੀ ਕੀਤਾ ਪਿਛਲੇ ਦਿਨਾਂ ਚ ਜੇ ਉਹ ਸੀਆਰਪੀਐਫ ਦੇ ਜਵਾਨ ਲੈ ਨਾਲ ਤੇ ਜਾ ਕੇ ਘੇਰ ਲਿਆ ਕਰ ਉਹਦਾ ਅੱਛਾ ਜੀ ਅੱਜ ਕੱਲ ਉਹ ਸੀਆਰਪੀ ਨਾਲ ਸੀਆਰਪੀ ਨਾਲ ਹਾਉਣਾ ਨੁਦ ਕਾਰਤਾ ਜੀ ਕਰਤ ਉਹ ਕਿਤੇ ਆਦਾ ਸੈਰ ਸੂਰ ਨੂੰ ਗਿਆ ਸੀ ਪਤਾ ਲੱਗਿਆ ਉਹ ਘਰੇ ਆ ਗਿਆ ਮੁੜ ਕੇ ਤੇ ਕਹਿੰਦੇ ਆਜੋ ਜੀ ਹੂੰ ਹੂੰ ਤਲਾਸ਼ੀ ਤਲੂਸ਼ੀ ਲਈ ਤਲਾਸ਼ੀ ਤੋਂ ਉਹਨੂੰ ਪਤਾ ਹੈ ਘਟ ਲੈਂਦੇ ਤੇ ਜ਼ਲੀਲ ਵਾਲਾ ਕਰਦੇ ਹਾਂ ਜਾਨ ਬੁਝ ਕੇ ਵੀ 18 ਘੰਟੇ ਲਾਤੇ ਜੀ 19 ਘੰਟੇ ਲਾਤੇ ਜੀ ਐਵੇਂ ਜਵਾਕਾਂ ਦੇ ਖਡਾਉਣੇ ਖਿਲੇ ਆਰਨੇ ਸ਼ੁਰੂ ਕਰਤੇ ਕਹਿੰਦੇ ਕੁਝ ਕਦੇ ਕੁਝ ਬਿਲਕੁਲ ਬਿਲਕੁਲ ਕਹਿੰਦਾ ਔਰਤਾਂ ਦੇ ਕੱਪੜ ਬੰਦੇ ਤੋਂ ਤਾਂ ਬਰਦਾਸ਼ਤ ਨਾ ਹੋਇਆ ਉਹਨੂੰ ਜੀ ਅਦਾਲਤ ਵਿੱਚ ਪੇਸ਼ ਕਰਤਾ ਤੇ ਉਹਨੂੰ ਹੋ ਗਿਆ ਅਟੈਕ ਜੀ ਜਿਸ ਨੂੰ ਹਾਰਟ ਅਟੈਕ ਹੋ ਗਿਆ ਤੇ ਚੱਕ ਕੇ ਦੋ ਦਾ ਹਸਪੀਟਲ ਲੈ ਕੇ ਪਹਿਲਾਂ ਸਰਕਾਰੀ ਹਸਪਤਾਲ ਲੈ ਕੇ ਗਏ ਹੂੰ ਹੂੰ ਉੱਥੇ ਟ੍ਰੀਟਮੈਂਟ ਹੈ ਆਫਟਰ ਉਹ ਵਜ਼ੀਰ ਰਿਆ ਸੀ ਮੁੜ ਕੇ ਪਹੁੰਚ ਕੀਤੀ ਪਰਿਵਾਰ ਨੇ ਹਾਈ ਕੋਰਟ ਜੀ ਹਾਈ ਕੋਰਟ ਨੇ ਹੁਕਮ ਦਿੱਤਾ ਕਿ ਇਹਨੂੰ ਪ੍ਰਾਈਵੇਟ ਹਸਪਤਾਲ ਜਿਹੜਾ ਵਧੀਆ ਹਸਪਤਾਲ ਹੈ ਜਿੱਥੇ ਲੈ ਜਾਦਾ ਉੱਥੇ ਲੈ ਕੇ ਜੋ ਉਹਨਾਂ ਇਲਾਜ ਕਰਾਉਣ ਲੱਗੇ ਇੱਕ ਤਾਂ ਉਹ ਗੱਲ ਹੋ ਗਈ ਉਸ ਤੋਂ ਪਹਿਲਾਂ ਇੱਕ ਹੋਇਆ ਸੀ ਉੱਥੇ ਅ ਸੈਸ਼ਨ ਸੀ ਅਸੈਂਬਲੀ ਦਾ ਸ਼ੁਰੂ ਹੋਇਆ ਤੇ ਜਦੋਂ ਅਸੈਂਬਲੀ ਦਾ ਸੈਸ਼ਨ ਸ਼ੁਰੂ ਹੁੰਦਾ ਆਪਾਂ ਨੂੰ ਪਤਾ ਵੀ ਗਵਰਨਰ ਦਾ ਭਾਸ਼ਣ ਹੁੰਦਾ ਭਾਸ਼ਣ ਹੁੰਦਾ ਬਿਲਕੁਲ ਉਹ ਜਿਹੜਾ ਲਿਖਿਆ ਹੋਇਆ ਭਾਸ਼ਣ ਸੀ ਲਿਖਿਆ ਹੋਇਆ ਭਾਸ਼ਣ ਹੀ ਸਰਕਾਰ ਦਾ ਪੜਨਾ ਹੁੰਦਾ ਹਮ ਹਮ ਪਰ ਜਿਹੜੀਆਂ ਸਰਕਾਰ ਨੇ ਗੱਲਾਂ ਕੀਤੀਆਂ ਵਿੱਚੋਂ ਛੱਡ ਦੇਣੀਆਂ ਜੀ ਜਾਂ ਵਿੱਚ ਆਪ ਦਾ ਵਿੱਚ ਟੇਡਾ ਕੋਟ ਨੜਾਤਾ ਉਹਦੇ ਵਿੱਚ ਆਪ ਦੀਆਂ ਗੱਲਾਂ ਕਰ ਲਾ ਗਿਆ ਉੱਥੇ ਉਹਨਾਂ ਨੇ ਵਿਰੋਧ ਕਰਤਾ ਉਹਨਾਂ ਨੇ ਰੈਜੂਲੇਸ਼ਨ ਪਾਤਾ ਸੀ ਗਵਰਨਰ ਦੇਖ ਲਾ ਵੀ ਸਾਨੂੰ ਨਹੀਂ ਚਾਹੀਦਾ ਹਮ ਹਮ ਹੁਣ ਕਿਉਂਕਿ ਇਹ ਗੱਲ ਤਾਂ ਆਪ ਦੀ ਤਰ੍ਹਾਂ ਨਵੀਂ ਕੋਹਰਪੂਰ ਸੀ ਪਾਤੀ ਇਹ 드라마ਤਿਆ ਸਿਰਜਤਾ ਹਾਂ ਹਾਂ ਵੀ ਜਿਹੜਾ ਮੰਤਰੀ ਜੀ ਇਸ ਵੇਲੇ ਜੁਡੀਸ਼ੀਅਲ ਕਸਟਡੀ ਦੇ ਵਿੱਚ ਹੈ ਹੂੰ ਹੂੰ ਉਹ ਮੰਤਰੀ ਨੂੰ ਜੇ ਕਿਸੇ ਬੰਦੇ ਨੂੰ ਮੰਤਰੀ ਬਣਾਉਣਾ ਤੇ ਮੁੱਖ ਮੰਤਰੀ ਸਿਫਾਰਿਸ਼ ਕਰਦਾ ਹੈ ਗਵਰਨਰ ਉਹਦੇ ਆਧਾਰ ਤੇ ਉਹਨੂੰ ਪ੍ਰਵਾਨਗੀ ਦਿੰਦਾ ਜੇ ਕਿਸੇ ਨੂੰ ਹਟਾਉਣਾ ਚਾਹੋ ਵੀ ਮੁੱਖ ਮੰਤਰੀ ਆਪ ਨਹੀਂ ਹਟਾ ਸਕਦਾ ਮੁੱਖ ਮੰਤਰੀ ਗਵਰਨਰ ਨੂੰ ਸਪਰਸ਼ ਕਰਦੇ ਤੇ ਉਹ ਤੇ ਸਹੀ ਪਾ ਦਿੰਦਾ ਹੈ ਬੰਦਾ ਜੇਲ੍ਹ ਦੇ ਵਿੱਚ ਹੈ ਜੁਡੀਸ਼ੀਅਲ ਕਸਟਡੀ ਚ ਹੈ ਮੁੱਖ ਮੰਤਰੀ ਆਉਂਦੇ ਦਫ਼ਤਰ ਤੇ ਉਹਨਾਂ ਦੀ ਤਾਂ ਮੇਰੇ ਖਲ ਸਪੀਕਿੰਗ ਟਰਮਸ ਵੀ ਹੈ ਨਹੀਂ ਹੂੰ ਹੂੰ ਤੇ ਗਵਰਨਰ ਸਾਹਿਬ ਨੇ ਹੁਕਮ ਜਾਰੀ ਕਰਤਾ ਹੂੰ ਮੈਂ ਇਸ ਮੰਤਰੀ ਨੂੰ ਬਰਖਾਸਤ ਕਰਤਾ ਅੱਛਾ ਜੀ ਮੁੱਖ ਮੰਤਰੀ ਨਾਲ ਰਹਿ ਮਸ਼ਵਰਾ ਕੀਤੇ ਤੋਂ ਵਗੈਰੀ ਬਰਖਾਸਤ ਕਰਤਾ ਰੌਲਾ ਪੈ ਗਿਆ ਨਾਲ ਦੀ ਨਾਲ ਹੀ ਦੂਜਾ ਹੁਕਮ ਆ ਗਿਆ ਹੂੰ ਮੈਂ ਆਪਣੇ ਹੁਕਮ ਨੂੰ ਹੋਲਡ ਕਰਦਾ ਅੱਛਾ ਨਾਲ ਦੀ ਨਾਲ ਹੀ ਹੋਲਡ ਵੀ ਕਰਤਾ ਹੂੰ ਹੂੰ ਅਗਲੀ ਗੱਲ ਫਿਰ ਕਹਿੰਦੇ ਜੀ ਕਿਤੇ ਪੱਤਰਕਾਰਾਂ ਨਾਲ ਗੱਲ ਹੋਣ ਲੱਗੇ ਮੈਨੂੰ ਕਹਿੰਦੇ ਅਮਿਤ ਸ਼ਾਹ ਦਾ ਫੋਨ ਆ ਗਿਆ ਜੀ ਇਹ ਇਹ ਤੁਸੀਂ ਕੀ ਕਰਤਾ ਮੈਂ ਤਾਂ ਹੋਲਡ ਕਰ ਰਿਹਾ ਜੀ ਇਹਦਾ ਮਤਲਬ ਮੰਨ ਲਿਆ ਕਿ ਮੈਂ ਜੋ ਕੁਝ ਕਰਦਾ ਉੱਪਰ ਲੈਣ ਦੇ ਕਹਿੰਦੇ ਕਰਦਾ ਇਹ ਗੱਲਾਂ ਤਾਂ ਪਹਿਲਾਂ ਆ ਰਹੀਆਂ ਪੰਜਾਬ ਦੇ ਗਵਰਨਰ ਬਾਰੇ ਵੀ ਆ ਰਹੀਆਂ ਜਾਂ ਜਿੱਥੇ ਜਿੱਥੇ ਗੈਰ ਭਾਜਪਾਵਾ ਸਰਕਾਰ ਭਾਜਪਾ ਸਰਕਾਰਾਂ ਹੈਗੀਆਂ ਹੂੰ ਉੱਥੋਂ ਦੀਆਂ ਸਰਕਾਰਾਂ ਨੂੰ ਕਿਵੇਂ ਠਿੱਠ ਬਰਾਨ ਕੀਤਾ ਜਾਂਦਾ ਹੈ ਖਬਰਾਂ ਤਾਂ ਆ ਰਹੀਆਂ ਲੇਕਿਨ ਇਹ ਪਹਿਲਾ ਮੌਕਾ ਜਦੋਂ ਗਵਰਨਰ ਸਾਹਿਬ ਨੇ ਇਕਬਾਲ ਕਰ ਲਿਆ ਕਿ ਮੈਨੂੰ ਗ੍ਰਹਿ ਮੰਤਰੀ ਦਾ ਫੋਨ ਆਇਆ ਸੀ ਤੇ ਮੈਂ ਰੋਕ ਲਿਆ ਇਹਦਾ ਮਤਲਬ ਫਿਰ ਪਹਿਲਾਂ ਕਿਸੇ ਹੋਰ ਦਾ ਫੋਨ ਆਇਆ ਹੋਣਾ ਵੀ ਤੂੰ ਭਾਈ ਹੁਕਮ ਜਾਰੀ ਕਰ ਦੇ ਬਿਲਕੁਲ ਜੀ ਹੁਣ ਜਿਹੜੇ ਹੈਗੇ ਐ ਸਟਾਲਿਨ ਸਾਹਿਬ ਜੀ ਨਾਂ ਤਾਂ ਐਮ ਕੇ ਸਟਾਲਿਨ ਹੈ ਪਰ ਉਹ ਸੱਚਮੁੱਚ ਹੀ ਸਟਾਲਿਨ ਹੈ ਹਾਂ ਘੋੜਿਆ ਕਹਿੰਦੇ ਨਾ ਉਹਨੂੰ ਸਟਾਲਿਨ ਨਹੀਂ ਸਟਾਲਿਨ ਕੋਈ ਵੀ ਸੀ ਨਾ ਜਿਹੜਾ ਰੂਸ ਦੇ ਵਿੱਚ ਸੀਗਾ ਲੈਨਨ ਤੋਂ ਬਾਅਦ ਆਇਆ ਵਾ ਅੱਛਾ ਅੱਛਾ ਹਾਂ ਸਟਾਲਿਨ ਹਾਂ ਉਹ ਸਟਾਲਿਨ ਨੇ ਫਿਰ ਕੀ ਕੀਤਾ ਜੀ ਸਟਾਲਿਨ ਨੇ ਇੱਕ ਲੰਬੀ ਚੌੜੀ ਚਿੱਠੀ ਲਿਖਤੀ ਅੱਛਾ ਜੀ ਮਹਾਮਹਿਮ ਅੱਛਾ ਜੀ ਦਰੁਪਤੀ ਮਰਮੂਸ ਸਹਿਬਾ ਜਿਹੜੀ ਸਾਡੇ ਰਾਸ਼ਟਰਪਤੀ ਹੈ ਉਹ ਕਹਿੰਦਾ ਵੀ ਇਹਨੂੰ ਜਿੱਥੇ ਮਰਜੀ ਹਲਾ ਦੇਉ ਤੇ ਸਾਡੇ ਮੰਗਰੋਂ ਲਾਹੋ ਮੰਗਰੋਂ ਇੱਥੋਂ ਲੈ ਜਾ ਇਹਨੂੰ ਲੈ ਜਾ ਸਾਨੂੰ ਨਹੀਂ ਇਹ ਚਾਹੀਦਾ ਗਵਰਨਰ ਤੇ ਅਗਲੀ ਉਹਨੇ ਹੋਰ ਗੱਲ ਕਹੇ ਤੀ ਹੂੰ ਕਹਿੰਦੇ ਇਹ ਗਵਰਨਰ ਸੀ ਕਿ ਨਮਾ ਬਖੇੜਾ ਖੜ ਰਿਹਾ ਹੈ ਜੀ ਸਾਡੇ ਕਹਿੰਦੇ ਸਾਡੇ ਸਮਾਜ ਨੂੰ ਖਤਰਾ ਪੈਦਾ ਹੋ ਗਿਆ ਅੱਛਾ ਜੀ ਕਿਉਂਕਿ ਗਵਰਨਰ ਕਹਿੰਦਾ ਇਹੇ ਜੇ ਕੰਮ ਕਰਦਾ ਕਿ ਸਮਾਜ ਆਪਸ ਵਿੱਚ ਟਕਰਾ ਸਕਦਾ ਹੈ ਹੂੰ ਹੂੰ ਤਾਂ ਨੇ ਲਈ ਸਭ ਤੋਂ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਔਰ ਆਪਾਂ ਇਹ ਜਾਣਦੇ ਹਾਂ ਕਿ ਦੱਖਣੀ ਭਾਰਤ ਵਾਲੀ ਜੀ ਦੇਉਤਨ ਗਵਰਨਰ ਨੇ ਕਹਤਾ ਜੀ ਤੇ ਹਿੰਦੀ ਲਾਗੂ ਕਰੋ ਨਾ ਫੇਰ ਤੇ ਹਿੰਦੀ ਹਿੰਦੀ ਦਾ ਉਹ ਨਾਸਨ ਨੂੰ ਤਿਆਰ ਨਹੀਂ ਹੁੰਦੇ ਤੁਸੀਂ ਵੀ ਜਾ ਕੇ ਆਏ ਮੈਂ ਮੈਂ ਵੀ ਗਿਆ ਤਾਮਿਲਨਾਡੂ ਦੇ ਜੀ ਮੇਰਾ ਤਜਰਬਾ ਦੱਸਦਾ ਜੀ ਮੈਂ ਜੋ ਪਹਿਲੀ ਵਾਰੀ ਮਦਰਾਸ ਗਿਆ ਨਾ ਹਾਂ ਢਿਲੋ ਸਾਹਿਬ ਮੈਂ ਉੱਥੇ ਹਿੰਦੀ ਚ ਨੂੰ ਪੁੱਛ ਲਾ ਕੋ ਕਿਸੇ ਨੇ ਜਵਾਬ ਨਾ ਦਿੱਤਾ ਹੂੰ ਤੇ ਮੈਂ ਨਾ ਕਹਿੰਦੇ ਉਹ ਇੱਕ ਬੁੱਲਿਆ ਕਹਿੰਦਾ ਸਰਦਾਰ ਜੀ ਕਹਿੰਦਾ ਮੈਨੂੰ ਕਹਿੰਦਾ ਪੰਜਾਬੀ ਪੰਜਾਬੀ ਆਤਾ ਹਾਂ ਮੈਨੂੰ ਕਹਿੰਦਾ ਪੰਜਾਬੀ ਮੈਗਾ ਹਾਂ ਮੈਂ ਜਦ ਪੰਜਾਬੀ ਚ ਬੋਲ ਲਿਆ ਮੁੜ ਕੇ ਫੇਰ ਉਹ ਮੇਰੇ ਨਾਲ ਅੰਗਰੇਜ਼ੀ ਬੋਲਣ ਲੱਗਾ ਹਿੰਦੀ ਚ ਜਵਾਬ ਹੀ ਨਹੀਂ ਦਿੱਤਾ ਮਾਂ ਦੇ ਪੁੱਤ ਨੇ ਕਹਿੰਦਾ ਪੰਜਾਬੀ 'ਚ ਜਵਾਬ ਦੇ ਦੇਗੇ ਅੰਗਰੇਜ਼ੀ ਨਹੀਂ ਮੈਂ ਵੀ 10 ਦਿਨ ਸਿਲਮ ਰਹਿ ਕੇ ਆਇ ਸੀ ਜੀ ਸਾਡੀ ਇੱਕ ਕਾਨਫਰੰਸ ਸੀਗੀ ਉੱਥੇ ਮੈਂ ਸੇਲ ਮੰਗਿਆ ਸੀ ਜੇ ਮਾੜੀ ਦੀ ਅੰਗਰੇਜ਼ੀ ਹੁਣ ਤੁਹਾਨੂੰ ਤਾਂ ਅੰਗਰੇਜ਼ੀ ਆਉਂਦੀ ਸੀ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਜੀ ਮੇਰਾ ਤਾਂ ਗਾਂਗਰੇਜੀ ਵਾਲੇ ਪਾਸੋਂ ਮੈਂ ਹਿੰਦੀ ਬੋਲਾਂ ਤੇ ਉਹ ਐ ਜਿਵੇਂ ਜਿਵੇਂ ਨਾ ਮਤਲਬ ਤੁਸੀਂ ਦੇਖੋ ਵੀ ਬਾਹਲਾ ਕੋਈ ਵੱਡਾ ਦੁਸ਼ਮਣ ਹੁੰਦਾ ਫਿਰ ਵੀ ਚੱਕਦੇ ਹੂੰ ਹੂੰ ਫਿਰ ਮੈਨੂੰ ਕਿਸੇ ਨੇ ਦੱਸਿਆ ਉਹ ਕਹਿੰਦੇ ਟੁੱਟੀ-ਫੁੱਟੀ ਜੀ ਅੰਗਰੇਜ਼ੀ ਅੰਗਰੇਜ਼ੀ ਜੀ ਕਰ ਲੈ ਜਾਂ ਇਸ਼ਾਰਿਆਂ ਨਾਲ ਮੰਗ ਲੈ ਵੀ ਰੋਟੀ ਚਾਹੀਦੀ ਐ ਅੱਗੀ ਚਾਹੀਦੀ ਉੱਥੇ ਚੌਲ-ਚੂਲ ਦੇ ਖਾਂਦੇ ਐ ਕੋ ਸਾੰਬਰ ਵਗੈਰਾ ਉਹ ਹੁੰਦਾ ਆਪਾਂ ਹੁਣ ਮੈਨੂੰ ਫਿਰ ਉੱਥੇ ਜਿਹੜਾ ਦੱਸਿਆ ਬੰਦੇ ਨੇ ਵੀ ਕੀ ਕਰੀਏ ਉਹਨੇ ਮੈਨੂੰ ਦੱਸਿਆ ਵੀ ਤੁਸੀਂ ਆਟਾ ਕਣਕ ਮੈਂ ਕਿਹਾ ਉਹਨੂੰ ਮੈਂ ਦੱਸਿਆ ਵੀ ਆਟੇ ਵਾਲੇ ਹੂੰ ਉਨੇ ਇਸ਼ਾਰਾ ਕੀਤਾ ਵੀ ਉਹ ਵਿਖ ਬ੍ਰੈਡ ਪਏ ਹੂੰ ਉਹ ਬ੍ਰੈਡ ਵਾਲਾ ਚੱਕ ਕੇ ਕਹਿੰਦਾ ਉਹ ਲੈ ਲੈ ਫਿਰ ਉਹਨੇ ਮੈਨੂੰ ਕਿਹਾ ਵੀ ਆ ਦਹੀਂ ਦਾ ਪੈਕਟ ਲੈ ਲੈ ਨਾਲ ਉੱਥੇ ਆਮਲੇਟ ਬਹੁਤ ਚੱਲਦਾ ਹੈ ਹੂੰ ਆਮਲੇਟ ਵੀ ਆ ਵਿੱਚ ਪਾ ਕੇ ਤੇ ਇਹਦੇ ਨਾਲ ਤੂੰ ਆਵਾਜ਼ ਕਰ ਰਿਹਾ ਮੈਂ ਦੱਸਣਾ ਐਂ ਕੱਢੇ ਸੀ ਉੱਥੇ ਹੂੰ ਪਰ ਫਿਰ ਪਿਆਰ ਬਹੁਤ ਕਰਦੇ ਵੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਪੰਜਾਬ ਦਾ ਹੈ ਯਾਰ ਇਹਨੂੰ ਸਾਡੀ ਵਾਲੀ ਭਾਸ਼ਾ ਨਹੀਂ ਆਉਂਦੀ ਹੂੰ ਮਤਲਬ ਉਹ ਮੁਹੱਬਤ ਬਹੁਤ ਕਰਦੇ ਹੈ ਪਰ ਹਿੰਦੀ ਨੂੰ ਜਿਹੜੀ ਹੈ ਕਿਉਂਕਿ ਉਹ ਮੂਲ ਨਿਵਾਸੀ ਹੈ ਇੱਥੋਂ ਦੀ ਮੂਲ ਨਿਵਾਸੀ ਹੈ ਉਹ ਕਹਿੰਦੇ ਵੀ ਸਾਡਾ ਦੇਸ਼ ਸਾਡਾ ਸੀ ਤੇ ਸਾਨੂੰ ਨੁਕੜੇ ਲਾਤਾ ਇਹਨਾਂ ਨੇ ਤੱਕ ਗਏ ਤੇ ਤਾਂ ਨਹੀਂ ਮਿਲਿਆ ਨਹੀਂ ਤਾਂ ਹੋਰ ਕੱਢ ਹਾਂ ਇਹ ਇਹ ਕਹਿੰਦੇ ਧੱਕੇ ਨਾਲੇ ਲਈ ਲਈ ਬੈਠੇ ਆ ਤੇ ਉਹ ਜਿਹੜੀ ਉਹਨਾਂ ਨੇ ਕਹਿਣਾ ਵੀ ਇਹ ਸਾਡੇ ਸਮਾਜ ਦੇ ਵਿੱਚ ਨਵਾਂ ਬਖੇੜਾ ਕਰੂ ਖੜਾ ਕਰਨਗੇ ਵਾਕਈ ਗੱਲ ਨੂੰ ਠੀਕ ਹੈ ਜੀ ਸੋ ਸ਼ੁਕਰਗੁਜ਼ਾਰ ਹਾਂ ਸਭ ਬਹੁਤ ਬਹੁਤ ਮਿਹਰਬਾਨੀ ਸੋ ਰੇਡੀਓ ਪੰਜਾਬ ਟਰੂਡੇ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣਾ ਸਾਥ ਅੱਜ ਦੇ ਘੜੀ ਇੰਨਾ ਹੀ ਸੋ ਫਿਰ ਮੁਲਾਕਾਤ ਹੋਏਗੀ ਸੋ ਜੁੜੇ ਰਹੋ ਰੇਡੀਓ ਪੰਜਾਬ ਟਰੂਡੇ ਦੇ ਨਾਲ ਅਸਮਤ ਤੁਰਨ ਲੱਗਾਂ ਜੀ